ਜਸਵੀਰ, ਇੱਕ ਨਾ ਵੀਡੀਓ ਸੀਗੀ ਤੁਹਾਡੀ ਕਾਲਜ ਟਾਈਮ ਦੀ, ਜਿੱਥੇ ਤੁਸੀਂ ਆਈ ਥਿੰਕ ਆਪਣਾ ਸਿੰਗਿੰਗ ਕਰਿਆ ਸੀ, ਸਟਾਰਟ ਕਰ ਰਹੇ ਸੀ। ਮੈਨੂੰ ਨਹੀਂ ਪਤਾ ਸੀਗਾ ਕਿ ਨਵੀਂ ਕੰਪੋਜੀਸ਼ਨ ਕਿਵੇਂ ਗਾਉਣੀ ਆ, ਕਿਵੇਂ ਬਣਾਉਣੀ ਆ। ਅੱਜ ਤੱਕ ਕੀ ਸੀਗਾ ਕਿ ਜਿਹੜੇ ਗਾਣੇ ਆਏ ਹੁੰਦੇ ਸੀ ਉਹੀ ਗਾਈ ਜਾਂਦੇ ਹੁੰਦੇ ਸੀ। ਸੋ ਜਦੋਂ ਮਿਊਜ਼ਿਕ ਫੈਸਟੀਵਲ, ਅਸੀਂ ਯੂਥ ਫੈਸਟੀਵਲ ਪਾਰਟੀਸਪੇਟ ਕੀਤਾ, ਤਾਂ ਉੱਥੇ ਮੇਰੀ ਜਿਹੜੀ ਕੈਟੇਗਰੀ ਸੀ ਉਹ 'ਚ ਇਹ ਸੀਗਾ ਕਿ ਨਵਾਂ ਗਾਣਾ ਲਿਖਿਆ ਹੋਣਾ ਚਾਹੀਦਾ, ਨਵੀਂ ਕੰਪੋਜੀਸ਼ਨ ਹੋਣੀ ਚਾਹੀਦੀ, ਰਿਕਾਰਡਡ ਨਹੀਂ ਹੋਣਾ ਚਾਹੀਦਾ। ਬਟ ਤੁਹਾਨੂੰ ਕਿਹੜੀ ਚੀਜ਼ ਫੀਲ ਕਰਦੀ ਹੈ ਕਿ ਮੈਂ ਬੱਬਲ ਨੂੰ ਜਾਂ ਬੱਬਲ ਮੈਨੂੰ ਆਪਣੇ ਨਾਲ ਜੋੜ ਕੇ ਰੱਖੇ? ਕਿਉਂਕਿ ਮੈਨੂੰ ਲੱਗਦਾ ਕਿ ਲਾਈਵ ਪਰਫੋਰਮੈਂਸ ਕਰਨੀ, ਲੋਕ ਤੁਹਾਨੂੰ ਇਕੱਲੇ ਨੂੰ ਬੁਲਾਉਣਾ ਚਾਹੁੰਦੇ ਨੇ, ਤੁਹਾਡੇ ਕੋਲ ਆਉਂਦਾ ਵੀ ਹੋਏਗਾ ਆਫਰ, ਕਈ ਤੁਹਾਨੂੰ ਗੋਡ ਰੱਬ ਵੱਲੋਂ ਮਿਲਦੀਆਂ ਨੇ, ਖੂਨ 'ਚ ਮਿਲਦੀਆਂ ਨੇ। ਤੁਸੀਂ ਆਪਣੇ ਭਰਾ ਤੁਸੀਂ ਸੋਚ ਲੈਂਦੇ ਹੋ, ਤੁਹਾਡੇ ਆਪਣੇ ਭਰਾ ਨਾਲ ਬਹੁਤ ਵਧੀਆ ਬਣਦੀ ਹੈ। ਸੋ ਕਈ ਤੁਹਾਨੂੰ ਤੁਹਾਡੇ ਦੋਸਤ ਇੱਦਾਂ ਮਿਲ ਜਾਂਦਾ ਜਿਹੜੇ ਤੁਹਾਡੀ ਫੈਮਿਲੀ ਬਣ ਜਾਂਦੇ। ਸੋ ਉਹ ਮੇਰੀ ਫੈਮਿਲੀ ਹੈ, ਮੈਂ ਉਹਨੂੰ ਆਪਣੀ ਫੈਮਿਲੀ ਤੋਂ ਬਾਹਰ ਕਾਊਂਟ ਹੀ ਨਹੀਂ ਕਰਦਾ ਹੈਗਾ ਕਿ ਮੈਂ ਸੋਚਦਾ ਹਾਂ। ਦੇਖੋ, ਇੱਥੇ ਨਾ ਲੋਕ ਤੁਹਾਨੂੰ ਜੱਜ ਕਰਦੇ ਆ ਤੁਹਾਡੀ ਪੈਸੇ ਨਾਲ, ਤੁਹਾਡੇ ਹੋਰ ਕੰਮ ਨਾਲ। ਇਨਸਾਨ ਦੀ ਵੈਲਿਊ ਨਹੀਂ ਹੈਗੀ, ਠੀਕ ਹੈ ਜੀ। ਔਰ ਚੰਗੇ ਇਨਸਾਨ ਬਹੁਤ ਘੱਟ ਨੇ ਦੁਨੀਆ ਦੇ ਉੱਤੇ, ਚੰਗੇ ਇਨਸਾਨ ਇਨ ਦਾ ਸੈਂਸ ਕਿ ਮੇ ਬੀ ਸ਼ਾਇਦ ਕੋਈ ਮੇਰੇ ਲਈ ਚੰਗਾ ਹੋਵੇ, ਕਿਸੇ ਹੋਰ ਲਈ ਨਾ ਚੰਗਾ ਹੋਵੇ। ਬਟ ਕਹਿਣ ਦਾ ਮਤਲਬ ਕੀ ਹੈ ਕਿ ਬਹੁਤ ਘੱਟ ਲੋਕ ਨੇ ਜਿਹੜੇ ਜਿਵੇਂ ਦੇ ਦਿਲ ਤੋਂ ਨੇ ਉਹ ਸ਼ਕਲ ਤੋਂ ਦੇਖਦੇ ਆ। ਅੱਜ ਕੱਲ ਉਹਦੇ ਲਈ ਖਾਸ ਕੋਈ ਹੋਰ ਹੋ ਗਿਆ ਏ, ਹਾਏ ਲੱਗਦਾ ਉਹਦਾ ਦਿਲ ਸਾਡੇ ਤੋਂ ਬੋਰ ਹੋ ਗਿਆ ਏ। ਅੱਜ ਕੱਲ ਇਸ ਟਾਈਮ ਲਾਈਫ ਦਾ ਫੇਸ ਜਸੀ ਦਾ ਕਿਵੇਂ ਚੱਲ ਰਿਹਾ? ਸਕੂਨ ਐਂਡ ਪੀਸ ਜਸੀ ਲਾਈਫ 'ਚ ਕਿੰਨਾ ਕੁ, ਮਤਲਬ ਜਿੰਨੀ ਕੁ ਮੈਂ ਦੌੜ ਦੇ ਵਿੱਚ ਸੀਗਾ ਇਸ ਤੋਂ ਪਹਿਲਾਂ, ਕਿ ਮੈਂ ਸ਼ਾਇਦ ਇਹ ਬਹੁਤ ਪਹਿਲਾਂ ਕਰ ਸਕਦਾ ਸੀਗਾ। ਮੈਨੂੰ ਬਹੁਤ ਚੀਜ਼ਾਂ ਦਾ ਰਿਗਰੈਟ ਹੁੰਦਾ, ਮੈਨੂੰ ਰਿਗਰੈਟ ਹੁੰਦਾ ਕਿ ਮੈਂ ਆਪਣਾ ਵਿਆਹ ਨਹੀਂ ਇੰਜੋਏ ਕਰ ਪਾਇਆ। ਮੈਨੂੰ ਸਭ ਤੋਂ ਵੱਡਾ ਰਿਗਰੈਟ ਹੁੰਦਾ ਇਸ ਚੀਜ਼ ਦਾ, ਮੈਂ ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਨਹੀਂ ਕਰ ਪਾਉਂਦਾ ਹੁਣ ਵੀ, ਮੈਨੂੰ ਇਹ ਚੀਜ਼ ਦਾ ਵੀ ਰਿਗਰੈਟ ਰਹਿੰਦਾ। ਮੈਂ ਆਪਣੇ ਵਿਆਹ ਤੋਂ ਪਹਿਲਾਂ ਕੁਛ ਹੋਰ ਸੋਚਦਾ ਸੀਗਾ ਆਪਣੇ ਲਈ, ਅਤੇ ਫਿਰ ਬੱਚਿਆਂ ਤੋਂ ਪਹਿਲਾਂ ਕੁਛ ਹੋਰ ਸੋਚਦਾ ਸੀਗਾ। ਫਿਰ ਮੈਂ ਮਤਲਬ ਹਰ ਰੋਜ਼ ਤੁਹਾਨੂੰ ਸਟੈਪ ਬਾਏ ਸਟੈਪ ਤੁਹਾਨੂੰ ਕੁਛ ਨਾ ਕੁਛ ਤੁਸੀਂ ਨਵੀਂ ਚੀਜ਼ ਸਿੱਖਦੇ ਹੋ। ਬਟ ਹੁਣ ਮੈਨੂੰ ਜ਼ਿਆਦਾ ਆਪਣੇ ਬੱਚਿਆਂ ਦਾ ਬਹੁਤ ਜ਼ਿਆਦਾ, ਮੈਂ ਉਹਨਾਂ 'ਚ ਆਪਣੀ ਆਪਣਾ ਬਚਪਨਾ ਦੇਖਦਾ ਰਹਿਣਾ ਕਿ ਛੋਟੇ ਹੁੰਦੇ ਮੈਂ ਛੋਟਾ ਹੁੰਦਾ ਸੀਗਾ ਜਾਂ ਉਹ ਇੱਕ ਇਹ ਮੈਨੂੰ ਬੜੀ ਚੀਜ਼ ਦੀ ਸਕੂਨ ਜਾਂ ਕਹਿ ਲਓ ਵੀ ਇੱਕ ਬਹੁਤ ਵਧੀਆ ਫੀਲ ਕਰਾਉਂਦੀ ਹੈ ਕਿ ਉਹ ਮੇਰਾ ਪਾਰਟ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਸਾਹਿਲ, ਤੁਸੀਂ ਦੇਖ ਰਹੇ ਹੋ ਜੀ ਨਿਊਜ਼ 18 ਪੰਜਾਬ। ਅੱਜ ਦੇ ਗੈਸਟ ਦੀ ਮੈਨੂੰ ਐਕਚੁਅਲ 'ਚ ਮੈਨੂੰ ਈਗਰਲੀ ਬਹੁਤ ਜ਼ਿਆਦਾ ਵੇਟ ਸੀ, ਬਿਕੋਜ਼ ਆਈ ਥਿੰਕ ਬੜਾ ਘੱਟ ਤੁਸੀਂ ਇਹਨਾਂ ਨੂੰ ਦੇਖਦੇ ਹੋ ਇੰਟਰਵਿਊਜ਼ ਦੇ ਵਿੱਚ, ਫਿਲਮਸ ਅਤੇ ਗਾਣਿਆਂ ਦੇ ਵਿੱਚ ਇਹਨਾਂ ਨੇ ਆਪਣੇ ਪੂਰੇ ਫੱਟੇ ਚੱਕੇ ਹੋਏ ਨੇ ਦੋਨਾਂ ਨੇ। ਬਟ ਇਸ ਇੰਟਰਵਿਊ ਦੀ ਸ਼ੁਰੂਆਤ ਹੁਣ ਆਪਾਂ ਕਰਦੇ ਹਾਂ ਵੀ ਹੋ ਕੇ ਸਾਡੇ ਦਿਲ ਦੇ ਨੇੜੇ, ਪਤਾ ਨਹੀਂ ਕਿਉਂ ਰਹਿੰਦੇ ਨੇ ਸਾਡੇ ਤੋਂ ਦੂਰ ਦੂਰ। ਪਲੀਜ਼ ਵੈਲਕਮ ਸਾਡਾ ਲੈਂਸਰ ਵਾਲਾ ਮੁੰਡਾ ਜੱਸੀ ਗਿੱਲ ਐਂਡ ਅਮਾਇਰਾ ਦਸਤੂਰ। ਸਤਿ ਸ਼੍ਰੀ ਅਕਾਲ। ਇਹ ਦੇਖਿਓ ਵਿਊਰਸ, ਸਾਡੇ ਸਾਰੇ ਬੜੇ ਖੁਸ਼ ਹੋ ਰਹੇ ਹੋਣਗੇ, ਬੇਸ਼ੱਕ ਉਹ ਫਿਲਮ ਦੇ ਰਿਲੇਟਡ ਅਸੀਂ ਮਿਲੇ ਹਾਂ, ਬਟ ਜ਼ਿਆਦਾ ਖੁਸ਼ੀ ਤੁਹਾਨੂੰ ਮਿਲਣੇ ਨਹੀਂ ਸੀਗੀ। ਸੋ ਇਹਦੇ ਵਾਸਤੇ ਮਿਲਣ ਵਾਸਤੇ ਧੰਨਵਾਦ ਤੁਹਾਡਾ ਬੜਾ ਬੜਾ। ਥੈਂਕ ਯੂ ਵੀਰੇ, ਤੁਸੀਂ ਮਿਲਣਾ, ਤੁਸੀਂ ਐਨੀ ਟਾਈਮ ਘਰੇ ਆ ਜਾਇਆ ਕਰੋ, ਕੋਈ ਚੱਕਰ ਨਹੀਂ ਕਿ ਤੁਸੀਂ ਇੰਟਰਵਿਊ ਨਹੀਂ ਕਰਦੇ। ਕਿਉਂ ਨਹੀਂ ਕਰਦੇ? ਨਹੀਂ ਕੋਈ ਇੱਦਾਂ ਨਹੀਂ, ਬਟ ਮੈਨੂੰ ਲੱਗਦਾ ਵੀ ਠੀਕ ਹੈ, ਓਕੇ ਇੱਦਾਂ ਵੀ ਠੀਕ ਹੈ, ਕਿਉਂਕਿ ਮੇਰੇ ਆਪਣੇ ਇੱਕ ਦੋ ਪਰਸਨਲ ਇੰਸੀਡੈਂਟ ਐਵੇਂ ਦੇ ਹੋ ਗਏ ਸੀਗੇ ਵਿੱਚ, ਜਿਹਦੇ ਕਰਕੇ ਮੈਨੂੰ ਮੈਂ ਅਵੋਇਡ ਹੀ ਕਰਦਾ ਹੁੰਦਾ ਸੀ। ਮੈਨੂੰ ਐਂ ਸੀ ਕਿ ਠੀਕ ਹੈ, ਜਿਹਨਾਂ ਨੂੰ ਪਤਾ ਮੇਰੇ ਬਾਰੇ ਪਤਾ ਹੀ ਹੈ ਮੈਂ ਕਿਵੇਂ ਦਾ ਨਹੀਂ। ਹੁਣ ਕੀ ਵਾਰ ਵਾਰ ਜਾਂ ਕੋਈ ਚੀਜ਼ ਤੁਸੀਂ ਕੋਈ ਚੀਜ਼ ਬਾਰੇ ਗੱਲ ਕਰਨੀ ਹੋ ਫਿਰ ਵੀ ਬੈਟਰ ਆ। ਫਿਰ ਮੈਨੂੰ ਗਾਣਿਆਂ ਦਾ ਤਾਂ ਲੱਗਿਆ, ਗਾਣਿਆਂ ਵੀ ਹਰ ਰੋਜ਼ ਦਾ ਗਾਣਾ ਕਰ ਰਹੇ ਹਾਂ ਹੁਣ, ਇਹ ਤਾਂ ਹੈ ਨੀਗਾ ਕਿ ਉਹ ਪਹਿਲਾਂ ਮੰਗਵਾਉਂਦਾ ਸੀਗਾ ਕਿ 6 ਮਹੀਨੇ 'ਚ ਗਾਣਾ ਆ ਰਿਹਾ, ਤੁਸੀਂ ਹਰ ਹਫ਼ਤੇ ਗਾਣਾ ਰਿਲੀਜ਼ ਕਰ ਰਹੇ ਹੋ, ਹਰ ਹਫ਼ਤੇ ਗਾਣੇ ਆਉਂਦੇ ਆ। ਸੋ ਕੋਈ ਮੈਨੂੰ ਖਾਸ ਰੀਜ਼ਨ ਨਹੀਂ ਲੱਗਦਾ ਸੀ ਜਿਹਦੇ ਕਰਕੇ ਬਹਿ ਕੇ ਐਂ ਗੱਲ ਕੀਤੀ ਜਾਵੇ। ਸੋ ਅੱਜ ਆਇਆ ਖਾਸ ਰੀਜ਼ਨ, ਆਪਾਂ ਆਏ ਹਾਂ ਗੱਲ ਕਰਨ ਅੱਜ। ਬੈਸਟ ਕਵਰ ਅਪ ਐਂਡ ਅਮਾਇਰਾ, ਹਾਂਜੀ, ਜਰਨੀ ਜੋ ਐਕਟਿੰਗ ਹੀ ਹੈ, ਲਾਈਕ ਹਮ ਦੇਖ ਪਾ ਰਹੇ ਹਾਂ ਕਿ ਜਦ ਮੇਰਾ ਪੰਜਾਬੀ ਜਾਣਾ, ਮੈਂ ਕਿਹਾ ਹਿੰਦੀ ਜਾ ਰਹਾ ਯਾਰ, ਤੁਹਾਨੂੰ ਦੇਖ ਕੇ ਹੋਤਾ ਹੈ, ਇਨਕੇ ਸਾਥ ਹੀ ਹੋਤਾ ਹੈ, ਮਜ਼ਾ ਆਉਂਦਾ ਹੈ, ਮੇਰੇ ਨਾਲ ਵੀ ਹੁੰਦਾ। ਮੈਂ ਨਾ ਸਾਰੀ ਪੰਜਾਬੀ 'ਚ ਗੱਲ ਕਰਦੇ 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 ਇਹਨੇ ਮਾੜਾ ਜਿਹਾ ਕੋਈ ਹਿੰਦੀ ਦੇ ਵਿੱਚ ਆਨਸਰ ਕਰਨਾ, ਮੈਂ ਹਿੰਦੀ 'ਚ ਲੱਗ ਜਾਣਾ।
ਮੇਰੇ ਨਾਲ ਹੋਤਾ ਥਾ ਕੀ ਜਮੇ ਕਹਿ ਰਹਿਣਾ ਬੰਦੇ ਨੇ ਬਟ ਮੈਂ ਜਿਵੇਂ ਕਹਿ ਰਿਹਾ ਸੀਗਾ ਮਾਇਰਾ ਕਿ ਫਿਲਮਸ ਦੀ ਜਿਹੜੀ ਜਰਨੀ ਇਸ ਟਾਈਮ ਚੱਲ ਰਹੀ ਆ ਆਈ ਥਿੰਕ ਇੱਕ ਫੀਮੇਲ ਵਾਸਤੇ ਬੜੀ ਜ਼ਿਆਦਾ ਇੱਕ ਅੱਛੀ ਓਪਰਚੁਨਿਟੀਜ਼ ਹੁੰਦੀਆਂ ਨੇ ਹਨਾ ਜਦੋਂ ਉਹ ਭਾਵੇਂ ਹਿੰਦੀ 'ਚ ਫਿਲਮ ਕਰਨ ਜਾਂ ਪੰਜਾਬ 'ਚ ਕਰਨ ਸਪੈਸ਼ਲੀ ਪੰਜਾਬ 'ਚ ਕਰਨ ਬਿਕੋਜ਼ ਮੈਨੂੰ ਲੱਗਦਾ ਕਿ ਪੰਜਾਬ 'ਚ ਮੇ ਬੀ ਸ਼ਾਇਦ ਕੰਪੈਰੀਜ਼ਨ ਟੂ ਹਿੰਦੀ ਉਹਨਾਂ ਨੂੰ ਜ਼ਿਆਦਾ ਲਾਈਮ ਲਾਈਟ ਮਿਲਦੀ ਹੈ ਐਂਡ ਉਹਨਾਂ ਦੀ ਪਰਫੋਰਮੈਂਸ ਨੂੰ ਬਿਹਤਰ ਤਰੀਕੇ ਨਾਲ ਦਿਖਾਇਆ ਜਾਂਦਾ ਹੈ ਸੋ ਲਾਸਟ ਜਿਹੜੀਆਂ ਦੋ ਫਿਲਮ ਸੀਗੀਆਂ ਗਾਣੇ ਸੀਗੇ ਹੁਣ ਫਾਈਨਲੀ ਪ੍ਰੋਜੈਕਟ ਆਇਆ ਮੰਥਸ ਦੇ ਬਾਅਦ ਆਇਆ ਹੈ ਨਾ ਇਸ ਚੀਜ਼ ਦੀ ਖੁਸ਼ੀ ਹੁੰਦੀ ਕਿ ਚਲੋ ਕੁਛ ਮੰਥਸ ਦਾ ਯੂ ਨੋ ਟਾਈਮ ਪੀਰੀਅਡ ਦੇ ਬਾਅਦ ਆਵੇ ਬਟ ਕੁਛ ਮੰਥਸ ਦੇ ਬਾਅਦ ਆਵੇ ਇਸ ਚੀਜ਼ ਦੀ ਕਿੰਨੀ ਐਕਸਾਈਟਮੈਂਟ ਹੈ ਤੁਹਾਨੂੰ ਸਭ ਤੋਂ ਵੱਡੀ ਬਾਤ ਇਹ ਹੈ ਕਿ ਇਹ ਮੇਰੀ ਪਹਿਲੀ ਪੰਜਾਬੀ ਫਿਲਮ ਥੀ ਮੈਨੇ ਇਸ ਫਿਲਮ ਕੋ ਪਹਿਲੇ ਸ਼ੂਟ ਕੀਆ ਔਰ ਫਿਰ ਮੁਝੇ ਵੋ ਦੂਸਰੇ ਫਿਲਮਸ ਮਿਲੇ ਥੇ ਤੋ ਐਕਚੁਅਲੀ ਇਹ ਅਭੀ ਨਿਕਲ ਰਹੀ ਹੈ ਚਲੋ ਸਾਡੇ ਸਾਹਮਣੇ ਯਾਰ ਤੀਜੀ ਆ ਤੁਸੀਂ ਪਹਿਲੀ ਕੀਤੀ ਆ ਦੂਜੀ ਕੀਤੀ ਤੀਜੀ ਜਦੋਂ ਮਰਜ਼ੀ ਬਟ ਇਸ ਚੀਜ਼ ਜ਼ਿਆਦਾ ਖੁਸ਼ ਹੈ ਕਿ ਐਟਲੀਸਟ ਚਲੋ ਅਮਾਇਰਾ ਹੁਣ ਆ ਰਹੀ ਆ ਯੈਸ ਯੈਸ ਬਿਊਟੀ ਦੇਖਣ ਨੂੰ ਮੇਰੀ ਐਂਡ ਟੈਲੈਂਟ ਵੀ ਨੋ ਥੈਂਕ ਯੂ ਐਂਡ ਜਸੀ ਵੀਰੇ ਹਾਂਜੀ ਬੜਾ ਲੰਮਾ ਸਫ਼ਰ ਯੂ ਨੋ ਗਾਣਿਆਂ 'ਚ ਤੁਹਾਡਾ ਬਹੁਤ ਪੁਰਾਣਾ ਆਈ ਥਿੰਕ ਜੇ ਮੈਂ ਗਲਤ ਨਹੀਂ ਹੈ ਤਾਂ 12-13 ਸਾਲ ਆਈ ਥਿੰਕ ਜਾਂ 14 ਸਾਲ ਮੇ ਬੀ ਸ਼ਾਇਦ ਪੁਰਾਣਾ ਹੈ ਨਾ ਇੰਨਾ ਟਾਈਮ ਫਿਲਮਸ 'ਤੇ ਲੇਟ ਕਿਉਂ ਤੁਸੀਂ ਕਰ ਰਹੇ ਹੋ ਕਿ ਫਿਲਮਸ ਲੇਟ ਕਿਉਂ ਆਉਂਦੀਆਂ ਨੇ ਤੁਹਾਡੀਆਂ ਬਿਕੋਜ਼ ਕੋਈ ਇਹਦਾ ਸਪੈਸੀਫਿਕ ਰੀਜ਼ਨ ਆ ਸਪੈਸੀਫਿਕ ਰੀਜ਼ਨ ਇਹ ਕਿ ਮੈਂ ਜ਼ਿਆਦਾ ਹੁਣ ਬੋਂਬੇ ਕੰਮ ਕਰ ਰਿਹਾ ਸੀਗਾ ਮੈਂ ਕਿਉਂਕਿ ਜਿਹੜੀ ਬੋਂਬੇ ਫਿਲਮਾਂ ਬਹੁਤ ਟਾਈਮ ਸ਼ੂਟ ਹੁੰਦੀਆਂ ਜਿਵੇਂ ਜਿਹੜੀ ਮੈਂ ਸਲਮਾਨ ਭਾਈ ਨਾਲ ਫਿਲਮ ਕੀਤੀ ਉਹ 6 ਮਹੀਨੇ ਅਸੀਂ ਸ਼ੂਟ ਕੀਤਾ ਉਹ ਆਲਮੋਸਟ ਸੋ ਉੱਥੇ ਟਾਈਮ ਬਹੁਤ ਜ਼ਿਆਦਾ ਲੱਗਦਾ ਫਿਰ ਇੱਕ ਵਾਈਲਡ ਵਰਲਡ ਪੰਜਾਬ ਮੇਰੀ ਹੁਣ ਨੈਟਫਲਿਕਸ 'ਤੇ ਰਿਲੀਜ਼ ਹੋਣੀ ਹੈ ਫਿਲਮ ਉਹ ਵੀ ਅਸੀਂ ਆਲਮੋਸਟ 3 ਮਹੀਨੇ ਸ਼ੂਟ ਕੀਤਾ ਸੋ ਟਾਈਮ ਬਹੁਤ ਲੈਂਦੇ ਆ ਅਤੇ ਦੂਸਰੀ ਚੀਜ਼ ਮੈਨੂੰ ਖਾਸ ਕਰਕੇ ਕੋਵਿਡ ਤੋਂ ਬਾਅਦ ਇੱਦਾਂ ਸੀਗਾ ਇਸ ਤੋਂ ਪਹਿਲਾਂ ਮੈਂ ਪੰਜਾਬੀ ਫਿਲਮ ਦੇ ਵਿੱਚ ਮੈਨੂੰ ਸੀ ਕੁਛ ਡਿਫਰੈਂਟ ਕਰਨ ਨੂੰ ਹੋਵੇ ਤਾਂ ਜ਼ਿਆਦਾ ਬੈਟਰ ਆ ਨਹੀਂ ਫਿਰ ਉਹ ਇੱਕ ਨੋਰਮਲ ਰੂਟੀਨ ਹੀ ਬਣ ਗਈ ਸੀਗੀ ਚਲੋ ਲੰਡਨ ਨੂੰ ਚਲੋ ਇੰਗਲੈਂਡ ਨੂੰ ਉੱਥੇ ਜਾ ਕੇ ਸ਼ੂਟ ਕਰਦੇ ਹਾਂ ਸੋ ਮਤਲਬ ਉਹ ਮੈਨੂੰ ਬਹੁਤ ਇੱਦਾਂ ਲੱਗਦਾ ਸੀ ਕਿ ਯਾਰ ਮੈਨੂੰ ਉਹਦਾ ਕੋਈ ਫਾਇਦਾ ਫੀਲ ਨਹੀਂ ਹੋ ਰਿਹਾ ਸੀ ਮੈਂ ਨਾ ਇਹ ਐਜ਼ ਐਨ ਐਕਟਰ ਕੋਈ ਕੁਝ ਗਰੋਥ ਦਿਖ ਰਹੀ ਸੀਗੀ ਨਾ ਮੈਨੂੰ ਕੋਈ ਉਹਦੇ ਵਿੱਚ ਕੁਝ ਹੋਰ ਕੋਈ ਦਿਖ ਰਿਹਾ ਸੀ ਉਹ ਸਿਰਫ ਇੱਦਾਂ ਸੀਗਾ ਕਿ ਪੈਸੇ ਲੈ ਲਓ ਫਿਲਮ ਕਰ ਦਿਓ ਸੋ ਮੈਨੂੰ ਇਹਦਾ ਸੀ ਕਿ ਕੁਛ ਕੁਛ ਵਧੀਆ ਚੀਜ਼ ਹੋਵੇ ਤਾਂ ਕਰਨ ਦਾ ਜ਼ਿਆਦਾ ਉਹਦੇ ਨਾਲੋਂ ਬੈਟਰ ਆ ਕੋਈ ਚੱਕਰ ਨਹੀਂ ਕੰਮ ਤਾਂ ਆਪਾਂ ਕਰ ਹੀ ਰਹੇ ਆਲਰੇਡੀ ਸੋ ਅਤੇ ਕੰਮ ਵੀ ਐਂ ਸੀਗਾ ਮੈਂ ਮੇਰੀ ਲਰਨਿੰਗ ਚੱਲ ਰਹੀ ਸੀ ਉੱਥੇ ਨਾਲ ਨਾਲ ਤੁਸੀਂ ਐਡੇ ਵੱਡੇ ਵੱਡੇ ਆਰਟਿਸਟਾਂ ਨਾਲ ਕੰਮ ਕਰਦੇ ਹੋ ਸਿੱਖਣ ਨੂੰ ਬਹੁਤ ਕੁਛ ਮਿਲਦਾ ਚੰਗੇ ਪ੍ਰੋਡਕਸ਼ਨ ਹਾਊਸ ਨਾਲ ਚੰਗੇ ਡਾਇਰੈਕਟਰਸ ਨਾਲ ਕੰਮ ਕਰਨ ਦਾ ਸਰ ਮੈਨੂੰ ਐਂ ਸੀ ਕੋਈ ਚੱਕਰ ਨਹੀਂ ਕਿ ਕੋਈ ਕੋਈ ਵਧੀਆ ਕੋਈ ਫਿਲਮ ਆਊ ਇਹਦੇ ਦੌਰਾਨ ਮੇਰੇ ਕੋਲ ਫਿਲਮਾਂ ਮਤਲਬ ਬਹੁਤ ਆਉਂਦੀਆਂ ਰਹੀਆਂ ਕਿ ਅੱਛਾ ਜੀ ਓਬਵੀਅਸਲੀ ਇਹ ਐਕਟਰ ਲਾਈਕ ਦਾ ਪਾਰਟ ਹਾਂਜੀ ਬਟ ਮੈਨੂੰ ਫਿਰ ਵੀ ਕਿਤੇ ਨਾ ਕਿਤੇ ਐਂ ਲੱਗਦਾ ਸੀ ਯਾਰ ਕੁਛ ਕੁਛ ਡਿਫਰੈਂਟ ਹੋਵੇ ਕਰਨ ਨੂੰ ਕਿਉਂਕਿ ਮੈਂ ਇਸ ਤੋਂ ਪਹਿਲਾਂ ਇੱਕ ਫਿਲਮ ਕੀਤੀ ਸੀ ਮਿਸਟਰ ਮੇਸੀ 420 ਪਾਰਟ 2 'ਚ ਮੈਂ ਕੁੜੀ ਬਣਿਆ ਸੀਗਾ ਸੋ ਪਹਿਲਾਂ ਮੈਨੂੰ ਬਹੁਤ ਡਰ ਸੀਗਾ ਕਿ ਯਾਰ ਮੈਂ ਕਰਾਂ ਜਾਂ ਨਾ ਕਰਾਂ ਲੋਕਾਂ ਨੇ ਮੈਨੂੰ ਮਖੌਲ ਕਰਨਾ ਤਵਾ ਲਾਉਣਗੇ ਇਹ ਕਰਨਗੇ ਬਟ ਫਿਰ ਮੈਨੂੰ ਹੌਲੀ ਹੌਲੀ ਜਦੋਂ ਮੈਂ ਇੱਧਰ ਕੰਮ ਕੀਤਾ ਮੈਨੂੰ ਫੀਲ ਹੋਇਆ ਕਿ ਯਾਰ ਇਹ ਅਗਰ ਜੇ ਮੈਂ ਹੀ ਆਪਣੇ ਆਪ ਨੂੰ ਇੱਦਾਂ ਰੱਖੂੰਗਾ ਕਿ ਯਾਰ ਮੈਂ ਬਸ ਆਪਣੇ ਕੰਫਰਟ ਜ਼ੋਨ 'ਚ ਹੀ ਕੰਮ ਕਰਨਾ ਫਿਰ ਮੈਂ ਐਜ਼ ਐਨ ਐਕਟਰ ਗਰੋ ਨਹੀਂ ਕਰ ਸਕਦਾ ਜਿਵੇਂ ਚਾਹੇ ਸਿੰਗਿੰਗ ਦੇ ਵਿੱਚ ਲਾ ਲਓ ਤੁਸੀਂ ਕਿ ਮੈਂ ਅਗਰ ਮੈਂ ਸੋਚਿਆ ਕਿ ਮੈਂ ਸੈਡ ਸੌਂਗ ਹੀ ਗਾਣੇ ਆ ਜੀ ਮੈਂ ਹੋਰ ਗਾਉਣਾ ਹੀ ਨਹੀਂ ਕੁਛ ਤਾਂ ਮਤਲਬ ਤੁਸੀਂ ਫਿਰ ਉਹਨੂੰ ਐਕਸਪਲੋਰ ਨਹੀਂ ਕਰੋਗੇ ਜਿੰਨੇ ਚਿਰ ਉਹ ਚੀਜ਼ ਨੂੰ ਤੁਸੀਂ ਉਹਦੇ ਲਈ ਕੰਮ ਨਹੀਂ ਕਰ ਸਕਦੇ ਗਰੋ ਨਹੀਂ ਕਰ ਸਕਦੇ ਆਪਣੇ ਆਪ ਨੂੰ ਵਧੀਆ ਨਹੀਂ ਕਰ ਸਕਦੇ ਸੋ ਉਹ ਫਿਲਮ ਨੇ ਮੇਰਾ ਮਾਇੰਡ ਬਹੁਤ ਚੇਂਜ ਕੀਤਾ ਐਕਟਿੰਗ ਨੂੰ ਲੈ ਕੇ ਸੋ ਉਸ ਤੋਂ ਬਾਅਦ ਮੈਨੂੰ ਮੇਰੀ ਕੋਸ਼ਿਸ਼ ਇਹੀ ਸੀ ਕਿ ਮੈਂ ਫਿਲਮ ਕਿਉਂਕਿ ਆਪਣੀ ਪੰਜਾਬੀ ਫਿਲਮਾਂ ਜਾਂ ਤਾਂ ਤੁਸੀਂ ਆਪ ਬਣਾ ਲਓ ਜਾਂ ਫਿਰ ਕਿਉਂਕਿ ਹੁਣ ਡਾਇਰੈਕਟਰਸ ਵੀ ਸਾਰੇ ਆਪਣਾ ਆਪਣਾ ਕੰਮ ਕਰ ਰਹੇ ਆ ਪ੍ਰੋਡਕਸ਼ਨ ਹਾਊਸ ਨਾਲ ਲੱਗ ਕੇ ਸੋ ਜਾਂ ਫਿਰ ਤੁਹਾਨੂੰ ਤਾਂ ਕੋਈ ਚੰਗਾ ਕੋਨਸੈਪਟ ਆਵੇ ਤੁਸੀਂ ਉਹਦੇ ਨਾਲ ਕੰਮ ਕਰੋ ਸੋ ਅਮਰ ਬਾਈ ਮੈਨੂੰ ਮਿਲੇ ਸੀ ਇੱਕ ਵਾਰ ਸਾਡੀ ਗੱਲ ਹੋਈ ਅਤੇ ਵੀਰ ਨੇ ਮੈਨੂੰ ਇਹੀ ਗੱਲ ਕਹੀ ਕਹਿੰਦੇ ਮੈਂ ਯਾਰ ਐਕਸ਼ਨ ਫਿਲਮ ਵਾਰਨਿੰਗ ਕਹਿੰਦਾ ਯਾਰ ਵੀਰ ਮੈਂ ਐਕਸ਼ਨ ਤਾਂ ਬਣਾਤੀ ਪਰ ਮੈਂ ਹੋਰ ਵੀ ਚਾਹੁੰਦਾ ਮੈਂ ਲਵ ਸਟੋਰੀ ਬਣਾਉਣਾ ਚਾਹੁੰਦਾ ਮੇਰੇ ਮੈਨੂੰ ਲੱਗਦਾ ਕਿ ਮੈਂ ਵਧੀਆ ਬਣਾਊਂਗਾ ਉਹ ਮੇਰੇ ਕੋਲ ਇੱਕ ਦੋ ਕੋਨਸੈਪਟ ਮੈਂ ਕਿਹਾ ਵੀਰ ਤੁਹਾਡੇ ਕੋਲ ਹੋ ਜਾਵੇ ਮੈਨੂੰ ਦੱਸਿਆ ਆਪਾਂ ਕਰਾਂਗੇ ਤਾਂ ਉਹਨਾਂ ਨੇ ਮੈਨੂੰ ਕੋਨਸੈਪਟ ਸੁਣਾਇਆ
ਤਾਂ ਮੈਨੂੰ ਲੱਗਿਆ ਕਿ ਇਹ ਕੁਛ ਡਿਫਰੈਂਟ ਆ, ਨੋਰਮਲ ਨਾਲੋਂ ਡਿਫਰੈਂਟ ਆ, ਚਾਹੇ ਤੁਸੀਂ ਲਾ ਲਓ ਕਿਸੇ ਇੱਕ, ਮਤਲਬ ਇਹ ਮੈਂ ਨਹੀਂ, ਜੇ ਕਿਸੇ ਵੀ ਚੰਗੇ ਐਕਟਰ ਨੂੰ ਵੀ ਇਹ ਕੋਨਸੈਪਟ ਸੁਣਾਇਆ ਜਾਂਦਾ ਅਤੇ ਉਹਨੂੰ ਦੱਸਿਆ ਜਾਂਦਾ ਕਿ ਐਵੇਂ ਦਾ, ਤਾਂ ਉਹਨੇ ਕਦੇ ਨਾ ਨਹੀਂ ਕਰਨੀ ਸੀ। ਬਟ ਇੱਕ ਚੀਜ਼ ਮੈਂ ਐਡ ਆਨ ਕਰਨੀ ਚਾਹੂੰਗਾ, ਇਹ ਚੀਜ਼ ਮੈਂ ਆਪ ਫੀਲ ਕੀਤੀ ਆ ਅੱਜ ਤੋਂ ਯੂ ਨੋ ਕੁਛ ਸਾਲ ਪਹਿਲਾਂ ਜਦੋਂ ਦਿਲਦਾਰੀ ਆਈ ਸੀਗੀ, ਉਸ ਟਾਈਮ ਆਈ ਥਿੰਕ ਇੱਕ ਐਕਟਰ ਦੀ ਨਾ ਇੱਕ ਐਕਟਰ ਨੂੰ ਦੇਖਣ ਦਾ ਚਾਹ ਹੁੰਦਾ ਸੀਗਾ, ਇੱਕ ਪਰਫੋਰਮੈਂਸ ਨੂੰ ਦੇਖਣ ਦਾ ਚਾਹ ਹੁੰਦਾ ਸੀਗਾ। ਇੰਨੀ ਐਡਵਾਂਸ ਟੈਕਨੋਲੋਜੀ ਨਹੀਂ ਸੀਗੀ, ਇੰਨਾ ਐਡਵਾਂਸ ਯੂ ਨੋ ਚੀਜ਼ਾਂ ਨਹੀਂ ਸੀਗੀਆਂ ਜਿਹਦੇ ਕਰਕੇ ਯੂ ਨੋ ਐਕਟਰਸ ਆ ਜਾਣੀ, ਯੂ ਨੋ ਤੁਹਾਡੇ 'ਚ ਕੰਪੀਟੀਸ਼ਨ ਹੋ ਪਾਏ। ਉਸ ਟਾਈਮ ਇੱਦਾਂ ਦਾ ਸੀਗਾ ਕਿ ਲਾਈਕ ਐਕਟਰ ਇੱਕ ਚੰਗਾ ਚੱਲੂਗਾ, ਜਿਹਦੀ ਫਿਲਮ ਸਾਨੂੰ ਦੇਖਣ ਨੂੰ ਮਿਲ ਗਈ ਸਮਝੋ ਉਹ ਚੱਲੇਗਾ। ਅਤੇ ਦਿਲਦਾਰੀਆਂ 'ਚ ਜੋ ਆਪਾਂ ਜੱਸੀ ਗਿੱਲ ਨੂੰ ਦੇਖਿਆ ਸੀਗਾ, ਆਈ ਥਿੰਕ ਉਹ ਉਹ ਉਸ ਲੋਕਾਂ ਦੇ ਦਿਲ ਵਿੱਚ ਰਹੂਗੀ ਹਮੇਸ਼ਾ। ਜਿਵੇਂ ਮੈਂ ਪਹਿਲੀਆਂ ਜਿਹੜੀਆਂ ਮਤਲਬ ਜਿਹੜੀ ਸਭ ਤੋਂ ਪਹਿਲੀ ਫਿਲਮ ਕੀਤੀ ਸੀ, ਮੈਨੂੰ ਤਾਂ ਐਕਟਿੰਗ ਦਾ ਪਤਾ ਹੀ ਨਹੀਂ ਸੀਗਾ ਕਿ ਐਕਟਿੰਗ ਹੁੰਦੀ ਕਿਵੇਂ ਆ। ਸੋ ਜਿੰਨਾ ਕੁ ਮੈਨੂੰ ਐਕਸਪੋਜ਼ਰ ਸੀਗਾ, ਜਿੰਨਾ ਕੁ ਮੈਂ ਦੇਖਿਆ, ਜੇ ਨਾ ਮੈਂ ਬਹੁਤ ਫਿਲਮਾਂ ਦੇਖੀਆਂ ਸੀਗੀਆਂ ਪਹਿਲੀਆਂ, ਕਿ ਮੈਨੂੰ ਬਹੁਤ ਮੈਂ ਛੋਟੇ ਹੁੰਦੇ ਤੋਂ ਇੰਟਰਸਟ ਆ ਮੂਵੀਜ਼ ਦੇ ਵਿੱਚ, ਕੁਛ ਇੱਦਾਂ ਦਾ ਸੀਗਾ ਹੀ ਨਹੀਂ। ਸੋ ਮੈਂ ਤਾਂ ਇਹ ਲੋਕਾਂ ਨਾਲ ਕੰਮ ਕਰਕੇ, ਜਿਹੜੇ ਇਸ ਇੰਡਸਟਰੀ ਦੇ ਵਧੀਆ ਆਰਟਿਸਟ ਨੇ ਉਹਨਾਂ ਨਾਲ ਕੰਮ ਕਰਕੇ ਸਿੱਖਿਆ, ਫਿਰ ਲੱਗਿਆ ਕਿ ਯਾਰ ਇਹ ਕੰਮ ਮੈਂ ਸ਼ਾਇਦ ਕਰ ਸਕਦਾ। ਮੈਨੂੰ ਉਸ ਤੋਂ ਬਾਅਦ ਤੁਸੀਂ ਕਿਤੇ ਨਾ ਕਿਤੇ ਫੀਲ ਕੀਤਾ ਸੀਗਾ ਵੀ ਕੁਛ ਸਾਲ ਪਹਿਲਾਂ ਉਹ ਫਿਲਮ ਆਈ ਸੀਗੀ, ਅਤੇ ਐਂਡ ਦੈਨ ਉਸ ਤੋਂ ਬਾਅਦ ਫਿਲਮਸ ਆਈਆਂ ਓਬਵੀਅਸਲੀ ਤੁਹਾਡੀਆਂ, ਭਾਵੇਂ ਹਿੰਦੀ ਫਿਲਮਸ ਆਈਆਂ ਜਾਂ ਭਾਵੇਂ ਪੰਜਾਬ ਦੀਆਂ ਆਈਆਂ, ਬਟ ਤੁਸੀਂ ਇਹ ਚੀਜ਼ ਫੀਲ ਕੀਤੀ ਆ ਕਿ ਕਿਤੇ ਨਾ ਕਿਤੇ ਯਾਰ ਕਮੀ ਹੈ, ਕਿ ਜੋ ਮੇਰੇ ਪਹਿਲੇ ਪ੍ਰੋਜੈਕਟ 'ਚ ਗੱਲਬਾਤ ਬਣੀ, ਮੈਂ ਉਹਦਾ ਸੀਰੀਅਸ ਨੋਟ 'ਤੇ ਗੱਲ ਕਰਨੀ ਚਾਹੂੰਗਾ, ਬਿਕੋਜ਼ ਮੈਨੂੰ ਲੱਗਦਾ ਕਿ ਆਰਟਿਸਟ ਨੂੰ ਵੀ ਅੱਛਾ ਲੱਗਦਾ ਜਦੋਂ ਉਹ ਦਿਲ ਦੀ ਗੱਲ ਸਾਹਮਣੇ ਆਉਂਦੀ ਆ। ਤਾਂ ਉਹ ਤੁਹਾਨੂੰ ਕਦੀ ਕਦੀ ਇੱਦਾਂ ਫੀਲ ਹੋਇਆ ਸੀਗਾ ਕਿ ਜੋ ਮੇਰੀ ਪਹਿਲੀ ਫਿਲਮ 'ਚ ਕੰਮ ਸੀਗਾ, ਜਾਂ ਜੋ ਚੀਜ਼ ਸਕ੍ਰਿਪਟ ਮੈਨੂੰ ਮਿਲੀ, ਜਾਂ ਜੋ ਡਾਇਰੈਕਸ਼ਨ ਵਾਈਜ਼ ਮੈਨੂੰ ਮਿਲੀ, ਜਾਂ ਜੋ ਮੈਨੂੰ ਟੀਮ ਮਿਲੀ, ਜੋ ਮੈਂ ਉੱਥੇ ਯੂ ਨੋ ਕੰਫਰਟ ਫੀਲ ਕੀਤਾ, ਜਾਂ ਜੋ ਵੀ ਉੱਥੇ ਯੂ ਨੋ ਇਨਵਾਇਰਮੈਂਟ ਸੀਗਾ, ਉਹ ਚੀਜ਼ ਕਿਤੇ ਨਾ ਕਿਤੇ ਦੁਬਾਰਾ ਜੁੜ ਨਹੀਂ ਪਾਈ ਲਾਈਫ 'ਚ। 420 ਜੁੜੀ ਓਬਵੀਅਸਲੀ, ਬਟ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਲੱਗੀ ਤੁਹਾਨੂੰ ਫੀਲ ਹੋਈ। ਦੇਖੋ ਫਿਰ ਮੈਂ ਉਹੀ ਗੱਲ ਕਰਦੀ ਵੀ ਜਿਵੇਂ ਗਾਣੇ ਹੈਗੇ ਆ ਮੇਰੀ ਆਪਣੀ ਚੀਜ਼, ਹਾਂ, ਕਿ ਜਿਹੜੀ ਮੈਂ ਕ੍ਰੀਏਟ ਕਰਨੀ ਆ, ਕਿ ਮੈਂ ਕੋਈ ਵੀ ਗਾਣਾ ਬਣਾਉਣਾ ਮੈਂ ਖੁਦ ਕ੍ਰੀਏਟ ਕਰਨਾ। ਸੋ ਫਿਲਮਾਂ ਦਾ ਆਪਾਂ ਫਿਰ ਵੀ ਗੱਲ ਕਰਦੇ ਹਾਂ ਕਿ ਇਹ ਹੈਗੀ ਹੈ ਕਿ ਚੀਜ਼ ਕਿ ਤੁਹਾਡੇ ਕੋਲ ਜਾਂ ਤੁਸੀਂ ਆਪ ਬਣਾ ਲਓ, ਜਾਂ ਤੁਹਾਡੇ ਕੋਲ ਕੋਨਸੈਪਟ ਚੱਲ ਕੇ ਆਉਂਦੇ ਹੈ ਨਾ। ਸੋ ਕਿਤੇ ਨਾ ਕਿਤੇ ਤੁਸੀਂ ਇਹ ਕਹਿ ਸਕਦੇ ਹੋ ਕਿ ਮੇ ਬੀ ਸ਼ਾਇਦ ਮੇਰੇ ਕੋਲ ਕੋਈ ਉੱਦਾਂ ਦਾ ਸਕ੍ਰਿਪਟ ਨਹੀਂ ਆਈ ਹੈਗੀ। ਸੋ ਮੈਂ ਤਾਂ ਹੀ ਤੁਹਾਨੂੰ ਦੱਸ ਰਿਹਾ ਕਿ ਜਦੋਂ ਮੈਂ ਅਮਰ ਨਾਲ ਬੈਠਿਆ ਤੁਹਾਨੂੰ, ਜਦੋਂ ਹੁਣ ਇਹ ਵੀ ਨਹੀਂ ਸੀਗਾ ਵੀ ਮੈਂ ਹਿੱਟ ਕਰਕੇ ਵੀ ਕਹਿ ਤਾ ਵੀ ਠੀਕ ਹੈ ਜੀ ਆਪਣੀ ਤਾਂ ਹਿੱਟ ਆ ਫਿਲਮ, ਹੁਣ ਜਿਹੜਾ ਮਰਜ਼ੀ ਬਣਾ ਲਓ। ਸੋ ਮੈਂ ਤਾਂ ਸ਼ੁਰੂ ਤੋਂ ਇਸ ਤਰੀਕੇ ਨਾਲ ਕੰਮ ਕਰਨ ਲੱਗਾ, ਪਰ ਜਿਹੜੇ ਕੰਮ ਲਈ, ਪਰ ਮੈਂ ਆਪਣੇ ਕੰਮ 'ਚ ਕਦੇ ਕਮੀ ਨਹੀਂ ਛੱਡੀ। ਅਗਰ ਚਾਹੇ ਤੁਸੀਂ ਮੈਨੂੰ ਮਿਸਟਰ ਮੇਸੀ 420 ਲਈ ਬੁਲਾਇਆ, ਦਿਲਦਾਰੀਆਂ ਲਈ ਬੁਲਾਇਆ, ਹਾਈ ਐਂਡ ਯਾਰੀਆਂ ਕੀਤੀ, ਹੋਰ ਸਰਗੀ ਫਿਲਮ ਬਹੁਤ ਐਪਰੀਸ਼ੀਏਟ ਹੋਈ ਸੀਗੀ, ਉਹ 'ਚ ਮੇਰਾ ਕੰਮ ਬਹੁਤ ਐਪਰੀਸ਼ੀਏਟ ਹੋਇਆ ਸੀਗਾ, ਉਹ ਵੀ ਫਿਲਮ ਵਧੀਆ ਗਈ ਸੀ। ਸੋ ਉਹ ਚੀਜ਼ਾਂ ਆਪਣੇ ਕੰਮ ਦੇ ਲਈ ਮੈਂ ਕਦੇ ਕੰਪਰੋਮਾਈਜ਼ ਨਹੀਂ ਕੀਤਾ ਹੈਗਾ। ਹੁਣ ਇਹ ਫਿਲਮ ਇੱਦਾਂ ਦੀ, ਇਹਦੇ ਵਿੱਚ ਬਹੁਤ ਚੀਜ਼ਾਂ ਮੈਟਰ ਕਰਦੀਆਂ ਨੇ, ਇਹ 'ਚ ਇਕੱਲਾ ਜੱਸੀ ਗਿੱਲ ਮੈਟਰ ਨਹੀਂ ਕਰਦਾ, ਉਹਦਾ ਕੰਮ ਮੈਟਰ ਨਹੀਂ ਕਰਦਾ ਹੈਗਾ। ਉਹ ਕੋਨਸੈਪਟ ਕੀ ਆ, ਉਹ ਪ੍ਰੋਡਕਸ਼ਨ ਹਾਊਸ ਕੀ ਆ, ਉਹਦਾ ਡਾਇਰੈਕਟਰ ਕੌਣ ਆ, ਅਤੇ ਉਹ ਰਿਲੀਜ਼ ਕਿਵੇਂ ਹੋਈ ਆ, ਬਹੁਤ ਜ਼ਿਆਦਾ ਮੈਟਰ ਕਰਦੀਆਂ ਨੇ। ਪਰ ਮੈਨੂੰ ਟੱਚਵੁੱਡ, ਤੁਸੀਂ ਮੈਨੂੰ ਜਿੰਨੀਆਂ ਵੀ ਫਿਲਮਾਂ ਮਿਲਦੀਆਂ ਨੇ ਮੇਰੇ ਕੰਮ ਉੱਥੇ ਮਿਲਦੀਆਂ ਨੇ, ਜੇ ਮੈਂ ਕੰਮ ਮਾੜਾ ਕੀਤਾ ਹੋਊਗਾ ਤਾਂ ਮੈਨੂੰ ਕੋਈ ਕੰਮ ਹੀ ਨਹੀਂ ਮਿਲੂਗਾ। ਸੋ ਮੇਰਾ ਮੇਨ ਕੰਸਰਨ ਜਿਹੜਾ ਰਹਿੰਦਾ, ਜਾਂ ਮੇਨ ਜਿਹੜਾ ਮੇਰਾ ਸਭ ਤੋਂ ਜ਼ਰੂਰੀ ਚੀਜ਼ ਰਹਿੰਦੀ, ਉਹ ਹੁੰਦੀ ਹੈ ਵੀ ਜਿਹੜੇ ਕੰਮ ਲਈ ਮੈਨੂੰ, ਚਾਹੇ ਮੈਂ ਹੁਣ ਬਾਲੀਵੁੱਡ ਵੀ ਫਿਲਮਾਂ ਕੀਤੀਆਂ ਨੇ, ਪੰਗਾ ਵੀ ਕੀਤੀ ਜਿਸ ਮੈਨੂੰ ਬਹੁਤ ਐਪਰੀਸ਼ੀਏਟ ਮਿਲੀ, ਸਲਮਾਨ ਬਾਈ ਨਾਲ ਵੀ ਫਿਲਮ ਕਰ ਲਈ, ਨਵਾਜ਼ੁਦੀਨ ਨਾਲ ਵੀ ਕੰਮ ਕਰ ਲਿਆ। ਸੋ ਮਤਲਬ ਅਗਰ ਜੇ ਮੇਰੇ ਕੰਮ 'ਚ ਕਮੀ ਹੁੰਦੀ ਫਿਰ ਮੈਨੂੰ ਨਾ ਬੁਲਾਉਂਦੇ ਨਾ। ਸੋ ਅੱਜ ਅਗਰ ਉਹ ਮੈਨੂੰ ਬੁਲਾ ਰਿਹਾ ਤਾਂ ਮੇਰੇ, ਮੈਂ ਇਸ ਕਰਕੇ ਖੁਸ਼ ਹਾਂ ਕਿ ਮੈਂ ਆਪਣਾ ਕੰਮ ਬਹੁਤ ਦਿਲ ਨਾਲ ਕੀਤਾ ਅਤੇ ਮੈਂ ਹਮੇਸ਼ਾ ਦਿਲ ਨਾਲ ਕਰਦਾ। ਐਂਡ ਮੈਨੂੰ ਕੋਈ, ਮੈਨੂੰ ਇਹ ਵੀ ਨਹੀਂ ਹੈਗਾ ਕਿ ਬਾਈ ਮੇਰੀ 100 ਕਰੋੜ ਵੱਜ ਜਾਵੇ ਫਿਲਮ, ਇਹ ਹੋ ਜਾਵੇ ਉਹ ਹੋ ਜਾਵੇ, ਮੇਰੇ ਕੋਈ ਇੰਨਾ ਸੋਚ ਕੇ ਉਹ ਨਹੀਂ ਕਰਦਾ। ਮੈਨੂੰ ਹੁੰਦਾ ਕਿ ਯਾਰ ਮੈਂ ਕੰਮ ਕਰ ਰਿਹਾ ਅੱਜ। ਆਈ ਥਿੰਕ ਜਦੋਂ ਆਰਟਿਸਟ ਇਹ ਚੀਜ਼ ਨਹੀਂ ਸੋਚਦਾ
ਉਸ ਟਾਈਮ ਐਕਚੁਅਲ 'ਚ ਰਿਐਲਿਟੀ 'ਚ ਬਾਕਸ ਆਫਿਸ ਬੜਾ ਹਿੱਟ ਹੁੰਦਾ, ਪਰ ਮੈਂ ਬਾਕਸ ਆਫਿਸ ਤਾਂ ਚਲੋ ਫਿਰ ਵੀ ਉਹ ਬਹੁਤ ਉਹਦੀ ਚੀਜ਼ਾਂ ਰਹਿੰਦੀਆਂ ਨੇ, ਪਰ ਮੈਨੂੰ ਹੁੰਦਾ ਕਿ ਯਾਰ ਅਗਰ ਮੈਂ ਅੱਜ ਗਾਣਾ ਵੀ ਬਣਾਉਣਾ ਮੈਂ ਉਹਦੇ ਵਿਊਜ਼ ਕਾਊਂਟ ਕਰਕੇ ਗਾਣਾ ਨਹੀਂ ਬਣਾਉਂਦਾ ਹੈਗਾ। ਅਗਰ ਜਿਹੜਾ ਕ੍ਰੀਏਟਿਵ ਚੀਜ਼ ਆ ਨਾ ਉਹ ਇਹ ਤੁਸੀਂ ਇੱਕ ਚੀਜ਼ ਕਰਕੇ ਨਹੀਂ ਬਣਾ ਸਕਦੇ, ਹਾਂ ਇਹ ਪਾਰਟ ਆ, ਬਟ ਜੇ ਮੈਂ ਗਾਣਾ ਬਣਾਊਂਗਾ ਤਾਂ ਮੈਂ ਸੋਚ ਕੇ ਬਣਾਊਂਗਾ ਮੈਂ ਚੰਗਾ ਗਾਣਾ ਬਣਾਉਣਾ। ਉਵੇਂ ਅਗਰ ਮੈਨੂੰ ਫਿਲਮ, ਜਾਂ ਤਾਂ ਮੈਂ ਜੇ ਫਿਲਮ ਆਪ ਬਣਾਵਾਂ, ਮੰਨ ਲਓ ਕਿ ਅੱਜ ਮੈਂ ਕੋਈ ਫਿਲਮ ਆਪ ਪ੍ਰੋਡਿਊਸ ਕਰ ਰਿਹਾ, ਆਪ ਡਾਇਰੈਕਟ ਕਰ ਰਿਹਾ, ਉਹ 'ਚ ਮੇਰੀ ਫੁੱਲੀ ਇਨਵੋਲਵਮੈਂਟ ਆ, ਉਹ ਮੈਂ ਬਣਾ ਰਿਹਾ, ਫਿਰ ਮੈਂ ਕਹਿ ਸਕਦਾ ਕਿ ਯਾਰ ਇਹ ਮੈਂ, ਇਹ ਮੇਰੀ ਕ੍ਰੀਏਟੀਵਿਟੀ ਸੀ, ਮੈਂ ਸੋਚਿਆ ਸੀ। ਹੁਣ ਤਾਂ ਮੈਂ ਜਿਹੜੇ ਕੰਮ ਲਈ ਮੈਨੂੰ ਬੁਲਾਇਆ ਗਿਆ ਮੇਰੇ ਕੰਮ 'ਚ ਮੈਂ ਆਪਣੀ ਕਮੀ ਨਹੀਂ ਛੱਡਦਾ, ਉਹ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ। ਇੱਕ ਚੀਜ਼ ਨਾ ਵੈਸੇ ਫਨੀ ਹੈ, ਮੈਂ ਪੁੱਛਣਾ ਜ਼ਰੂਰ ਚਾਹੂੰਗਾ ਕਿ ਮੈਨੂੰ ਨਾ ਬੜੇ ਟਾਈਮ ਤੋਂ ਆ ਰਹੀ ਹੈ ਦਿਲ 'ਚ ਵੀ ਸੋਹਣੀ ਕੁੜੀ ਦੀ ਜ਼ਿੰਦਗੀ 'ਚ ਨਾ ਜਿੱਦਾਂ ਦਾ ਇਹ ਕੋਨਸੈਪਟ ਹੈਗਾ ਸੋਹਣਾ, ਜਿੱਦਾਂ ਜੱਸੀ ਭਾਈ ਨੇ ਉਹਨੂੰ ਰੋਲ ਪਲੇ ਕੀਤਾ ਆ, ਅਕਸਰ ਜਿਹੜੀ ਕੁੜੀਆਂ ਬਿਊਟੀਫੁਲ ਹੁੰਦੀਆਂ ਉਹਨਾਂ ਨੇ ਲਾਈਫ 'ਚ ਨਾ ਪਾਗਲ ਆਸ਼ਿਕ ਟੱਕਰਦੇ ਹੁੰਦੇ ਨੇ ਉਹਨਾਂ ਨੂੰ, ਤਾਂ ਰੀਅਲ ਲਾਈਫ 'ਚ ਕਰੀ ਟੱਕਰਿਆ ਆਸ਼ਿਕ ਇੱਧਰ ਪਾਗਲ, ਜਿਹੜਾ ਮਤਲਬ ਬਾਕੀ ਜੱਸੀ ਭਾਜੀ ਵਰਗਾ ਜਿੱਦਾਂ ਦੀ ਫਿਲਮ ਹੁੰਦਾ ਨਾ ਹੋਵੇ, ਯੂ ਨੋ ਇਤਨਾ ਮਤਲਬ ਇਤਨਾ ਕਲੋਸਲੀ ਮੈਂ ਕਭੀ ਨਹੀਂ ਦੇਖਾ, ਬਟ ਆਈ ਨੋ ਆਈਵ ਹਰਡ ਮਤਲਬ ਸਟੋਰੀ ਸਟੋਕਰਸ ਕੇ ਬਾਰੇ ਮੈਂ ਔਰ ਇਹ ਸਭ, ਯੂ ਨੋ ਕਿਉਂਕਿ ਅਫਕੋਰਸ ਹਮ ਇੰਡਸਟਰੀ ਮੈਂ ਹੈ ਔਰ ਯੂ ਨੋ ਐਕਟਿੰਗ ਕੇ ਸਾਥ ਸਾਥ ਇਹ ਸਭ ਹੋਤਾ ਰਹਿਤਾ ਹੈ। ਸੋ ਆਈ ਮੀਨ ਵੈਨ ਆਈ ਹਿਅਰ ਸਟੋਰੀਜ਼ ਲਾਈਕ ਯੂ ਨੋ ਰਿਤਿਕ ਰੋਸ਼ਨ ਕੇ ਬਾਰੇ ਮੈਂ, ਇੱਕ ਲੜਕੀ ਇੱਕ ਬੁਸ਼ ਕੇ ਪੀਛੇ ਛੁਪ ਰਹੀ ਥੀ ਔਰ ਵੋ ਯੂ ਨੋ ਉਨਕੇ ਲਈ 7 ਘੰਟੇ ਕਾ ਇੰਤਜ਼ਾਰ ਕਰ ਰਹੀ ਥੀ, ਫਿਰ ਵੋ ਆ ਕੇ ਝੱਪੀ ਮਾਰ ਦੀ, ਯੂ ਨੋ ਇਹ ਸਭ ਸੁਣ ਕੇ ਆਪ ਥੋੜ੍ਹਾ ਸਾ ਹੈਰਾਨ ਹੋ ਜਾਂਦੇ ਹੈ, ਬਟ ਆਈ ਥਿੰਕ ਫੁਰਤੀਲੇ ਕੇ ਜੈਸੇ ਪਿਆਰ ਨਾ, ਵੋ ਜੋ ਪਿਆਰ ਦਿਖਾਤਾ ਹੈ ਨੂਰ ਕੇ ਲਈ, ਆਈ ਥਿੰਕ ਵੋ ਪਾਗਲ ਵਾਲਾ ਪਿਆਰ ਨਹੀਂ ਹੈ, ਵੋ ਬਹੁਤ ਸਵੀਟ ਸਾਫ਼ ਵਾਲਾ ਪਿਆਰ ਹੈ। ਉਹੀ ਕੁੜੀਆਂ ਤੁਸੀਂ ਸਮਝ ਨਹੀਂ ਪਾਉਂਦੀਆਂ? ਨਹੀਂ, ਆਈ ਐਗਰੀ ਵਿਦ ਯੂ, ਆਪ ਸੱਚ ਬੋਲ ਰਹੇ ਹੋ, ਉਹੀ ਕੁੜੀਆਂ ਸਮਝਦੀ ਨਹੀਂ। ਗ੍ਰੇਟ। ਐਂਡ ਜਸੀ ਵੀਰੇ, ਕਾਫੀ ਟਾਈਮ ਤੋਂ ਨਾ ਲਾਈਕ ਅੱਜ ਦੀ ਦੁਨੀਆ 'ਚ ਨਾ, ਅੱਜ ਦੇ ਟਾਈਮ 'ਚ ਰਿਲੇਸ਼ਨਸ਼ਿਪਸ ਵਧਾਉਣੇ ਜਾਂ ਸਦਾ ਬਹਾਰ ਰੱਖਣੇ, ਆਈ ਥਿੰਕ ਤੁਸੀਂ ਦੋਨੋਂ ਮੇਰੀ ਇਸ ਚੀਜ਼ ਤੋਂ ਐਗਰੀ ਕਰੋਗੇ, ਬਹੁਤ ਜ਼ਿਆਦਾ ਟਫ ਨੇ। ਮੇਰੇ ਖਿਆਲ ਤੁਸੀਂ ਇਕਲੌਤੇ ਐਸੇ ਆਰਟਿਸਟ ਹੋ ਜਿਹੜੇ ਕਿਸੇ ਆਰਟਿਸਟ ਨੂੰ ਹਮੇਸ਼ਾ ਆਪਣੇ ਨਾਲ ਲੈ ਕੇ ਚੱਲੇ ਹੋ। ਮੈਂ ਬੱਬਲ ਵੀਰੇ ਦੀ ਗੱਲ ਕਰਦਾ, ਉਹ ਵੀ ਤੁਹਾਨੂੰ ਨਾਲ ਲੈ ਕੇ ਚੱਲਿਆ, ਪੂਰੀ ਇੰਡਸਟਰੀ ਉਹਨਾਂ ਦੀ ਬੜੀ ਰਿਸਪੈਕਟ ਕਰਦੀ ਹੈ, ਹੈ ਨਾ, ਬਟ ਇਹ ਚੀਜ਼ ਕਦੀ ਸਾਹਮਣੇ ਸ਼ਾਇਦ ਆਪਣੀ ਮੁਲਾਕਾਤ ਨਹੀਂ ਹੋਈ ਅਤੇ ਕਦੀ ਪੁੱਛ ਵੀ ਨਹੀਂ ਪਾਇਆ, ਬਟ ਤੁਹਾਨੂੰ ਕਿਹੜੀ ਚੀਜ਼ ਫੀਲ ਕਰਦੀ ਹੈ ਕਿ ਮੈਂ ਬੱਬਲ ਨੂੰ ਜਾਂ ਬੱਬਲ ਮੈਨੂੰ ਆਪਣੇ ਨਾਲ ਜੋੜ ਕੇ ਰੱਖੇ? ਕਿਉਂਕਿ ਮੈਨੂੰ ਲੱਗਦਾ ਕਿ ਲਾਈਵ ਪਰਫੋਰਮੈਂਸ ਕਰਨੀ, ਲੋਕ ਤੁਹਾਨੂੰ ਇਕੱਲੇ ਨੂੰ ਬੁਲਾਉਣਾ ਚਾਹੁੰਦੇ ਨੇ, ਤੁਹਾਡੇ ਕੋਲ ਆਉਂਦਾ ਵੀ ਹੋਏਗਾ ਔਫਰ ਕਦੀ ਲਾਈਫ 'ਚ ਇੱਦਾਂ? ਇਹ ਤਾਂ ਯਾਰ ਨੋਰਮਲ ਚੀਜ਼ ਹੈ, ਤੁਹਾਡੇ ਆਪਣੇ ਬ੍ਰਦਰ ਨਾਲ ਤੁਸੀਂ ਕੀ, ਕਈ ਚੀਜ਼ਾਂ ਤੁਹਾਡੇ ਕਈ ਤੁਹਾਨੂੰ ਗੋਡ ਰੱਬ ਵੱਲੋਂ ਮਿਲਦੀਆਂ ਨੇ, ਖੂਨ 'ਚ ਮਿਲਦੀਆਂ ਨੇ, ਤੁਸੀਂ ਆਪਣੇ ਭਰਾ ਤੁਸੀਂ ਸੋਚ ਲੈਂਦੇ ਹੋ, ਤੁਹਾਡੇ ਆਪਣੇ ਭਰਾ ਨਾਲ ਬਹੁਤ ਵਧੀਆ ਬਣਦੀ ਹੈ। ਸੋ ਕਈ ਤੁਹਾਨੂੰ ਤੁਹਾਡੇ ਦੋਸਤ ਇੱਦਾਂ ਮਿਲ ਜਾਂਦਾ ਜਿਹੜੇ ਤੁਹਾਡੀ ਫੈਮਿਲੀ ਬਣ ਜਾਂਦੇ ਆ। ਸੋ ਉਹ ਮੇਰੀ ਫੈਮਿਲੀ ਹੈ, ਮੈਂ ਉਹਨੂੰ ਆਪਣੀ ਫੈਮਿਲੀ ਤੋਂ ਬਾਹਰ ਕਾਊਂਟ ਹੀ ਨਹੀਂ ਕਰਦਾ ਹੈਗਾ ਕਿ ਮੈਂ ਸੋਚਦਾ ਹਾਂ। ਸੋ ਅਗਰ ਅਸੀਂ ਇਕੱਠੇ ਸ਼ੁਰੂ ਕੀਤਾ ਉਸ ਦਿਨ ਤੋਂ ਅੱਜ ਅਸੀਂ ਇਕੱਠੇ ਕਰ ਰਹੇ ਹਾਂ, ਤਾਂ ਮੈਨੂੰ ਲੱਗਦਾ ਕਿ ਸ਼ਾਇਦ ਸਾਡੀ ਇਹੀ USP ਹੋਵੇ, ਇਹਦੇ ਵਿੱਚ ਹੀ ਸਾਡੀ ਜ਼ਿਆਦਾ ਉਹ, ਜੋ ਮੈਂ ਕਾਊਂਟ ਕਰਦਾ ਕਿ ਹੋਰ ਕੋਈ ਕਰ ਹੀ ਨਹੀਂ ਰਿਹਾ ਹੈਗਾ, ਅਸੀਂ ਕਰ ਰਹੇ ਹਾਂ, ਅਸੀਂ ਕਿੰਨੇ ਟਾਈਮ ਤੋਂ ਕਰ ਰਹੇ ਹਾਂ, ਪਿਛਲੇ 12 ਸਾਲ ਤੋਂ ਕਰ ਰਹੇ ਹਾਂ। ਸੋ ਬਾਕੀ ਇਹ ਵੀ ਹੁੰਦਾ ਕਿ ਸਾਹਮਣੇ ਵਾਲੇ ਬੰਦੇ 'ਤੇ ਬਹੁਤ ਡਿਪੈਂਡ ਕਰਦਾ, ਸੋ ਉਹ ਉਹਦੇ ਵੀ ਦਿਮਾਗ 'ਚ ਕਦੇ ਮਤਲਬ ਅਸੀਂ ਸੋਚਦੇ ਨਹੀਂ, ਕਦੇ ਇੰਨਾ ਸੋਚਿਆ ਨਹੀਂ ਵੀ ਅਸੀਂ ਕਿਉਂ, ਮਤਲਬ ਆਹ ਕਿਉਂ ਵਾਲਾ ਵਰਡ ਹੀ ਨਹੀਂ ਆਇਆ, ਤੁਹਾਡੀ ਏਜ ਜਿਸ ਨੇ ਕਿਉਂ ਆ ਗਿਆ, ਫਿਰ ਤਾਂ ਤੁਹਾਡੇ ਮਾਇੰਡ 'ਚ ਆ ਹੀ ਗਿਆ ਕਿ ਹਾਂ ਵੀ ਰੀਜ਼ਨ, ਵੀ ਰੀਜ਼ਨ ਲੱਭਣ ਲੱਗ ਗਿਆ ਤੁਸੀਂ, ਸੋ ਕੋਈ ਰੀਜ਼ਨ ਹੀ ਨਹੀਂ ਗਿਆ ਇਹਦੇ ਵਿੱਚ। ਕਿ ਤੁਹਾਡਾ ਇਹ ਵਾਲਾ ਬੌਂਡ ਨਾ ਹੋਰ ਜ਼ਿਆਦਾ ਲੋਕਾਂ ਨੂੰ ਐਡਮਾਇਰ ਕਰਦਾ, ਕਿ ਤੁਸੀਂ ਰਿਲੇਸ਼ਨਸ਼ਿਪਸ ਯੂ ਨੋ ਆਪਣੇ ਵਧੀਆ ਰੱਖ ਸਕਦੇ ਹੋ, ਐਟਲੀਸਟ ਜੇ ਤੁਹਾਡੀ ਜ਼ਿੰਦਗੀ 'ਚ ਇਨਸਾਨ ਅੱਛੇ ਆ ਨਾ, ਤਾਂ ਤੁਸੀਂ ਉਸ ਚੀਜ਼ ਨੂੰ ਜੇ ਆਪ ਐਫਰਟ ਕਰ। ਕੋਈ ਗੱਲ ਕਹਿਣਾ ਉਹਨਾਂ ਕਿ ਦੇਖੋ ਇੱਥੇ ਨਾ ਲੋਕ ਤੁਹਾਨੂੰ ਜੱਜ ਕਰਦੇ ਆ ਤੁਹਾਡੀ ਪੈਸੇ ਨਾਲ, ਤੁਹਾਡੇ ਹੋਰ ਕੰਮ ਨਾਲ, ਇਨਸਾਨ ਦੀ ਵੈਲਿਊ ਨਹੀਂ ਹੈਗੀ।
ਠੀਕ ਹੈ ਜੀ, ਔਰ ਚੰਗੇ ਇਨਸਾਨ ਬਹੁਤ ਘੱਟ ਨੇ ਦੁਨੀਆਂ ਦੇ ਉੱਤੇ, ਚੰਗੇ ਇਨਸਾਨ ਇਨ ਦਾ ਸੈਂਸ ਕਿ ਮੇ ਬੀ ਸ਼ਾਇਦ ਕੋਈ ਮੇਰੇ ਲਈ ਚੰਗਾ ਹੋਵੇ ਕਿਸੇ ਹੋਰ ਲਈ ਨਾ ਚੰਗਾ ਹੋਵੇ, ਬਟ ਕਹਿਣ ਦਾ ਮਤਲਬ ਕੀ ਹੈ ਕਿ ਬਹੁਤ ਘੱਟ ਲੋਕ ਨੇ ਜਿਹੜੇ ਜਿਵੇਂ ਦੇ ਦਿਲ ਤੋਂ ਨੇ ਉਸੇ ਸ਼ਕਲ ਤੋਂ ਦੇਖਦੇ ਆ। ਅਗਰ ਤੁਹਾਨੂੰ ਉਵੇਂ ਦੇ ਬੰਦੇ ਤੁਹਾਡੇ ਅਰਾਊਂਡ ਤੁਹਾਡੇ ਲਈ ਜਿਹੜੇ ਬੈਟਰ ਨੇ, ਕਿਉਂਕਿ ਹਰ ਬੰਦਾ ਆਪਣੇ ਆਪ ਲਈ ਇੰਨਾ ਕੁ ਸਿਆਣਾ ਹੈਗਾ ਕਿ ਉਹ ਬੰਦੇ ਨੂੰ ਜੱਜ ਕਰ ਸਕਦਾ, ਅੱਜ ਨਹੀਂ ਇੱਕ ਸਾਲ ਨਹੀਂ ਚਲੋ ਕੋਈ ਨਹੀਂ ਦੋ ਮਹੀਨੇ ਨਹੀਂ, ਜੱਜ ਬਹੁਤ ਬਹੁਤ ਸਿਚੁਏਸ਼ਨ ਆਉਂਦੀਆਂ ਤੁਹਾਡੀ ਲਾਈਫ ਦੇ ਵਿੱਚ ਹੈ ਨਾ, ਬਟ ਜਿਹੜੇ ਚੰਗੇ ਬੰਦੇ ਨੇ ਤੁਸੀਂ ਉਹਨਾਂ ਨੂੰ ਮਤਲਬ ਖੋਣਾ ਨਾ ਦਿਓ। ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਤੁਹਾਡੀ ਲਾਈਫ ਦੇ ਵਿੱਚ ਚੰਗੇ ਬੰਦੇ ਨੇ, ਤੁਹਾਡੇ ਨੂੰ ਤੁਹਾਡੇ ਨਾਲ ਦਿਲੋਂ ਜੁੜੇ ਹੋਏ ਨੇ, ਚੰਗੇ ਇਨਸਾਨ ਦੀ ਵੈਲਿਊ ਕਰੋ, ਨਾ ਕਿ ਮਟੀਰੀਅਲਿਸਟਿਕ ਜਾਂ ਚੀਜ਼ਾਂ ਕਿ ਕਿਹਦੇ ਕੋਲ ਗੱਡੀ ਵੱਡੀ ਆ, ਕਿਹਦੀਆਂ ਚਾਰ ਫਿਲਮਾਂ ਚੱਲ ਗਈਆਂ, ਕਿਹਦੇ ਕੋਲ ਅੱਜ ਕੀ ਹੋ ਰਿਹਾ, ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ। ਕਿ ਮੈਟਰ ਐਂਡ ਆਫ ਦਾ ਡੇ ਕੀ ਆ ਕਿ ਇਨਸਾਨ ਦੀ ਵੈਲਿਊ ਆ ਤੁਹਾਡੇ ਨਾਲ, ਜਦੋਂ ਤੁਹਾਨੂੰ ਕਿਤੇ ਖੜ੍ਹੇ ਹੋਵੋ ਲਾਸਟ ਦੇ ਵਿੱਚ, ਤੁਸੀਂ ਕਿਸੇ ਨਾਲ ਮੋਢੇ ਹੱਥ ਰੱਖ ਕੇ ਆਪਣਾ ਦੁੱਖ ਸਾਂਝਾ ਕਰ ਸਕਦੇ ਹੋ, ਤੁਹਾਨੂੰ ਕੋਈ ਸਲਾਹ ਦੇ ਸਕਦਾ, ਉਹ ਜਿਹੇ ਬੰਦੇ ਬਹੁਤ ਘੱਟ ਨੇ। ਤੁਹਾਨੂੰ ਪਤਾ ਮੈਨੂੰ ਤੁਹਾਡੇ ਕੋਲ ਬਹਿ ਕੇ ਨਾ ਇੱਕ ਬ੍ਰਦਰਲੀ ਵਾਈਬ ਆ ਰਹੀ ਹੈ, ਮੈਨੂੰ ਤਾਂ ਲੱਗ ਰਿਹਾ ਕਿ ਐਟਲੀਸਟ ਰੀਅਲਿਸਟਿਕ ਕਨਵਰਸੇਸ਼ਨ ਅੱਛੀਆਂ ਲੱਗਦੀਆਂ ਨੇ। ਮੈਂ ਤਾਂ ਖੁਦ ਮੈਂ ਤੁਸੀਂ ਪੁੱਛਦੇ ਇੰਟਰਵਿਊਜ਼, ਇੰਟਰਵਿਊ ਦੇਣੀ ਨਹੀਂ ਬਸ ਭਾਈ, ਆਹੀ ਨੇ ਗੱਲਾਂ ਬਾਤਾਂ ਹੁੰਦੀਆਂ ਨੇ, ਗੱਲਾਂ ਬਾਤਾਂ ਹੀ ਨੇ, ਗੱਲਾਂ ਬਾਤਾਂ। ਮੈਂ ਇਸ ਕਰਕੇ ਇੱਕ ਪੋਡਕਾਸਟ ਕਰਕੇ ਆਇਆ, ਮੈਂ ਉਹਦੇ ਵਿੱਚ ਵੀ ਗੱਲ ਕੀਤੀ ਕਿ ਇਹ ਗੱਲਾਂ ਬਾਤਾਂ ਨਾਲ ਗੱਲਾਂ ਬਾਤਾਂ ਹੁੰਦੀਆਂ ਨੇ। ਜਦੋਂ ਤੁਸੀਂ ਘਰੋਂ ਲਿਖ ਕੇ ਲੈ ਕੇ ਆਉਂਦੇ ਹੋ ਜਾਂ ਕਦੇ ਇਹ ਸੋਚਦੇ ਹੋ ਕਿ ਅੱਛਾ ਮੈਂ ਤੂੰ ਆਹ ਪੁੱਛੂੰਗਾ, ਇਹ ਤੂੰ ਇਹਦੇ ਬਾਰੇ ਪੁੱਛੂੰਗਾ, ਮੈਂ ਕਿਸੇ ਹੋਰ ਤੀਜੀ ਜਿਹਦੇ ਨਾਲ ਇਹਦਾ ਕਨੈਕਸ਼ਨ ਵੀ ਨਹੀਂ ਕਿ ਉਹਦੇ ਬਾਰੇ ਪੁੱਛੂੰਗਾ, ਉਹ ਫਿਰ ਗੱਲਾਂ ਮਤਲਬ ਉਹ ਚੀਜ਼ ਤੋਂ ਸ਼ਾਇਦ ਮੈਂ ਬਹੁਤ ਚੱਲਦਾ, ਮੈਨੂੰ ਹੁੰਦਾ ਕਿ ਯਾਰ ਨਾਰਮਲ ਗੱਲ ਕਰੂੰ, ਮੈਂ ਪੁੱਛੂੰਗਾ ਮਾਇਰਾ ਨੂੰ, ਜ਼ਰੂਰ ਪੁੱਛੂੰਗਾ ਬ੍ਰਦਰਲੀ ਚੱਲਦੇ ਇੰਟਰਵਿਊ ਚ ਮਾਇਰਾ ਛੱਡੋ ਯਾਰ, ਮੈਨੂੰ ਗਲਤੀ ਹੋ ਗਈ ਕਿ ਜਿਵੇਂ ਸਾਰੇ ਐਂਕਰਸ ਨਾ ਮਤਲਬ ਜਿਹੜੇ ਹੁੰਦੇ ਆ ਵੀ ਉਹ ਨਾ ਕੁੜੀਆਂ ਨਾਲ ਫਲਰਟ ਬਹੁਤ ਕਰਦੇ ਆ ਹੀਰੋਇਨਸ ਨਾਲ, ਆਹੀ ਮਤਲਬ ਵੀ ਇਹਨੇ ਮੈਨੂੰ ਐਂ ਕਹਿਤਾ ਐਂ ਕਹਿਤਾ, ਤੁਸੀਂ ਵੈਸੇ ਘਰੋਂ ਸੋਚ ਕੇ ਉਹਨਾਂ ਨੇ ਵੀ ਐਂ ਗੱਲ ਕਦੇ ਇੱਦਾਂ ਹੋਇਆ ਕਿ ਵੀ ਇੱਦਾਂ ਕਿਸੇ ਨਾਲ ਤੁਹਾਡੀ ਕੋਈ ਗੱਲ ਹੋ ਗਈ ਹੋਵੇ ਇੱਦਾਂ? ਮੈਂ ਵੈਸੇ ਪੁੱਛਦਾ, ਮੈਂ ਤਾਂ ਐਕਸਪੀਰੀਅੰਸ ਵਾਈਜ਼ ਕਿ ਤੁਹਾਨੂੰ ਨਹੀਂ ਪੁੱਛਦਾ ਵੀ ਕਦੇ ਇੱਦਾਂ ਸੁਣਿਆ ਤੁਸੀਂ ਵੀ ਮਤਲਬ ਇੱਦਾਂ ਹੋ ਜਾਂਦੀ ਹੈ ਗੱਲਬਾਤ? ਨਹੀਂ ਹੁੰਦੀ, ਟਰਾਈ ਨਾ ਕਰਿਓ ਮਤਲਬ ਉਹ ਬਾਕੀ ਜੀ ਸਿਚੁਏਸ਼ਨ ਤੇ ਡਿਪੈਂਡ ਕਰਦੀਆਂ ਨੇ, ਬਟ ਬਟ ਨਹੀਂ ਲਾਈਕ ਇੰਟੈਂਸ਼ਨਸ ਤਾਂ ਕਿਸੇ ਦੀ ਵੀ ਨਹੀਂ ਆਂਦਾ, ਮੈਂ ਸਮਝ ਗਿਆ ਤਾਂ ਅੱਜ ਕੱਲ ਤੁਸੀਂ ਫਸਾ ਕੇ ਰਹੇ ਆ। ਬਟ ਅਮਾਇਰਾ ਹਾਂਜੀ, ਲਾਈਕ ਜਿਵੇਂ ਜਿਵੇਂ ਇਨਸਾਨ ਆਪਣੀ ਜ਼ਿੰਦਗੀ 'ਚ ਗਰੋ ਕਰਦਾ ਨਾ, ਉਹਦੀ ਉਹਦੀ ਲਾਈਫ 'ਚ ਨਾ ਬੜੀਆਂ ਸਾਰੀਆਂ ਹੋਪਸ, ਬੜੀਆਂ ਸਾਰੀਆਂ ਐਕਸਪੈਕਟੇਸ਼ਨਸ ਖੁਦ ਤੋਂ, ਖੁਦ ਦੇ ਯੂ ਨੋ ਗੋਲਸ ਤੋਂ ਹੋ ਜਾਂਦੀਆਂ ਨੇ। ਲਾਈਕ ਜਿੱਦਾਂ ਨਾ ਕਰੀਅਰ ਤੁਸੀਂ ਹਲੇ ਜੀ ਰਹੇ ਹੋ ਜਾਂ ਜਿੱਦਾਂ ਨਾ ਤੁਸੀਂ ਜੀਆ ਹੈ ਪਹਿਲਾਂ, ਹੈ ਨਾ, ਲਾਈਕ ਜਿਵੇਂ ਤੁਸੀਂ ਗਾਣੇ ਵੀ ਗੀਤੇ ਨਕਸ਼ੇਬਾਜੀ ਨਾਲ, ਜਾਂ ਤੁਸੀਂ ਯੂ ਨੋ ਇੰਡਸਟਰੀ ਦੇ ਅੱਛੇ ਆਰਟਿਸਟ ਦੇ ਨਾਲ ਫਿਲਮਸ ਕੀਤੀਆਂ ਨੇ, ਫਿਲਮ ਜਿਵੇਂ ਦੀ ਮਰਜ਼ੀ ਰਹੀਆਂ ਨੇ ਉਹ ਮੈਟਰ ਨਹੀਂ ਕਰਦਾ, ਬਟ ਇੱਕ ਆਰਟਿਸਟ ਵਾਸਤੇ ਇੱਕ ਅੱਛੇ ਐਕਟਰ ਦੇ ਨਾਲ ਕੰਮ ਕਰਨਾ, ਉਹ ਇੱਕ ਫੋਰਐਵਰ ਚੀਜ਼ ਉਹਦੀ ਲਾਈਫ 'ਚ ਰਹਿੰਦੀ ਹੈ, ਜਿਹਨੂੰ ਲੈ ਕੇ ਉਹ ਸਿੱਖਦਾ ਅਤੇ ਅੱਗੇ ਪੁਸ਼ ਕਰਦਾ ਆਪਣੇ ਆਪ ਨੂੰ ਕਿ ਮੈਂ ਹੋਰ ਜ਼ਿਆਦਾ ਅੱਛਾ ਵਰਕ ਕਰਾਂ। ਇਸ ਟਾਈਮ ਲਾਈਫ ਦੇ ਯੂ ਨੋ ਪਲੈਨਸ ਜਾਂ ਗੋਲਸ ਜਾਂ ਜਿਹੜੀਆਂ ਚੀਜ਼ਾਂ ਇਸ ਟਾਈਮ ਪ੍ਰੈਜੈਂਟਲੀ ਹੋ ਰਹੀਆਂ ਨੇ, ਬਿਕੋਜ਼ ਹਰ ਇੱਕ ਫਿਲਮ ਤੋਂ ਇਨਸਾਨ, ਹੈ ਨਾ, ਐਕਟਰਸ ਨਵੇਂ ਹੁੰਦੇ ਨੇ, ਕਾਸਟ ਨਵੀਂ ਹੁੰਦੀ ਆ, ਬਹੁਤ ਸਾਰੀ ਚੀਜ਼ਾਂ ਜੁੜਦੀਆਂ ਨੇ, ਸਿੱਖਦੇ ਹੋ, ਹੈ ਨਾ। ਇਸ ਟਾਈਮ ਲਾਈਫ ਦੇ ਪਲੈਨਸ ਅਤੇ ਗੋਲਸ ਕਿਵੇਂ ਦੇ ਚੱਲ ਰਹੇ ਨੇ? ਆਈ ਜਸਟ ਨੋ ਕਿ ਪੰਜਾਬੀ ਸਿਨੇਮਾ ਵਿੱਚ ਮੁਝੇ ਅਮਰਿੰਦਰ ਗਿੱਲ ਜੀ, ਕਿੱਪੀ ਜੀ, ਐਮੀ ਵਿਰਕ ਜੀ, ਬਿਨੂ ਢਿੱਲੋਂ ਜੀ, ਇਹ ਸਭ ਕੇ ਸਾਥ ਮੈਂ ਕੰਮ ਕਰਨਾ ਚਾਹਤੀ ਹੂੰ, ਅੱਛੇ ਅੱਛੇ ਕਹਾਣੀਆਂ ਬਣਾਉਣਾ ਚਾਹਤੀ ਹੂੰ, ਅੱਛੇ ਡਾਇਰੈਕਟਰਸ ਕੇ ਸਾਥ ਕੰਮ ਕਰਨਾ ਚਾਹਤੀ ਹੂੰ, ਔਰ ਆਈ ਥਿੰਕ ਲੇਟਰ ਮੈਂ ਖੁਦ ਥੋੜ੍ਹਾ ਸਾ ਬਿਜ਼ਨਸ ਮੇਂ ਘੁਸਣਾ ਚਾਹਤੀ ਹੂੰ, ਇਵੈਂਚੁਅਲੀ ਮੈਂ ਯੂ ਨੋ ਆਈ ਥਿੰਕ 10-12 ਸਾਲ ਮੇਂ ਮੈਂ ਐਕਟਿੰਗ ਸੇ ਨਿਕਲੂੰਗੀ ਔਰ ਵੋ ਉਸ ਇੰਡਸਟਰੀ ਮੇਂ ਜਾਊਂਗੀ। ਜੈਸੇ ਵੀ ਦੇਖਣਾ ਵੀਡੀਓ ਸੀਗੀ ਤੁਹਾਡੀ,
ਕਾਲਜ ਟਾਈਮ ਦੀ ਜਿੱਥੇ ਤੁਸੀਂ ਆਈ ਥਿੰਕ ਆਪਣਾ ਸਿੰਗਿੰਗ ਕਰ ਰਹੇ ਸਟਾਰਟ ਕਰ ਰਹੇ ਸੀਗੇ ਆਈ ਡੋਂਟ ਨੋ ਗਾਣਾ ਕਿਹੜਾ ਸੀਗਾ ਬਟ ਗਾਣਾ ਬੜਾ ਸਕੂਨ ਵਾਲਾ ਸੀਗਾ ਜਦੋਂ ਸਟੇਜ ਤੇ ਤੁਸੀਂ ਲਾਈਵ ਪਰਫਾਰਮ ਕਰ ਰਹੇ ਸੀਗੇ ਆਈ ਥਿੰਕ ਕੋਈ ਫੈਸਟ ਸੀਗਾ ਕੋਈ ਕੀ ਸੀਗਾ ਯੂਥ ਫੈਸਟੀਵਲ ਹਾਂ ਯੂਥ ਫੈਸਟ ਸੀਗਾ ਉਹ ਮੈਨੂੰ ਗਾਣਾ ਐਕਚੁਅਲ 'ਚ ਮੈਨੂੰ ਬੜਾ ਪਿਆਰਾ ਲੱਗਿਆ ਬਟ ਮੈਂ ਸਰਚ ਕੀਤਾ ਮੈਨੂੰ ਗਾਣਾ ਮਿਲਿਆ ਨਹੀਂ ਬਟ ਜਦੋਂ ਮੈਨੂੰ ਗਾਣਾ ਮਿਲਦਾ ਨਾ ਉਹ ਤੁਸੀਂ ਆਪਣੇ ਪ੍ਰੋਫਾਈਲ 'ਤੇ ਪਾਇਆ ਹੋਇਆ ਉਹ ਗਾਣਾ ਮੈਨੂੰ ਜਦੋਂ ਮਿਲਦਾ ਤਾਂ ਫਿਰ ਉਹ ਨਾ ਹਫ਼ਤੇ ਡੇਢ ਤੱਕ ਉਹ ਰਹਿੰਦਾ ਆ ਤਾਂ ਮੈਂ ਪ੍ਰੋਫਾਈਲ ਗਾ ਲਈ ਮੈਨੂੰ ਗਾਣਾ ਮਿਲਿਆ ਨਹੀਂ ਮੇਬੀ ਸ਼ਾਇਦ ਬੰਦੀ ਸਕਿੱਪ ਹੋ ਗਿਆ ਹੋਗਾ ਉਹਦਾ ਰੀਜ਼ਨ ਇਹ ਹੈ ਕਿ ਉਹ ਜਿਹੜੇ ਉੱਥੇ ਮੈਂ ਮੇਰਾ ਵਿੱਚ ਪ੍ਰਦੇਸਾਂ ਗਾਣਾ ਸੀਗਾ ਮੇਰਾ ਉਹ ਮੈਂ ਆਪਣੇ ਫਸਟ ਈਅਰ ਯੂਥ ਫੈਸਟੀਵਲ ਤੇ ਪਰਫਾਰਮ ਕੀਤਾ ਸੀ ਉਹਦੀ ਕੰਪੋਜੀਸ਼ਨ ਮੇਰੇ ਸਰ ਨੇ ਕੀਤੀ ਆ ਤੇ ਉਹ ਜਿਹੜੇ ਰਾਈਟਰ ਨੇ ਉਹ ਮੇਰੇ ਸਰ ਦੇ ਬ੍ਰਦਰ ਨੇ ਜਿਨ੍ਹਾਂ ਨੇ ਗਾਣਾ ਲਿਖਿਆ ਨਾ ਤੇ ਉਹ ਉਸ ਮੇਰੀ ਜਿਹੜੀ ਮਿਊਜ਼ਿਕ ਜਰਨੀ ਸਟਾਰਟ ਉੱਥੋਂ ਹੋਈ ਕਿਉਂਕਿ ਮੈਨੂੰ ਨਹੀਂ ਪਤਾ ਸੀਗਾ ਕਿ ਨਵੀਂ ਕੰਪੋਜੀਸ਼ਨ ਕਿਵੇਂ ਗਾਉਣੀ ਆ ਕਿਵੇਂ ਬਣਾਉਣੀ ਆ ਅੱਜ ਤੱਕ ਕੀ ਸੀਗਾ ਕਿ ਜਿਹੜੇ ਗਾਣੇ ਆਏ ਹੁੰਦੇ ਸੀ ਉਹੀ ਗਾਈ ਜਾਂਦੇ ਹੁੰਦੇ ਸੀ ਸੋ ਜਦੋਂ ਮਿਊਜ਼ਿਕ ਫੈਸਟੀਵਲ ਅਸੀਂ ਯੂਥ ਫੈਸਟੀਵਲ ਪਾਰਟੀਸਪੇਟ ਕੀਤਾ ਤਾਂ ਉੱਥੇ ਮੇਰੀ ਜਿਹੜੀ ਕੈਟੇਗਰੀ ਸੀ ਉਹ 'ਚ ਇਹ ਸੀਗਾ ਕਿ ਨਵਾਂ ਗਾਣਾ ਲਿਖਿਆ ਹੋਣਾ ਚਾਹੀਦਾ ਨਵੀਂ ਕੰਪੋਜੀਸ਼ਨ ਹੋਣੀ ਜੇ ਰਿਕਾਰਡਡ ਨਹੀਂ ਹੋਣਾ ਚਾਹੀਦਾ ਸੋ ਉਹ ਜਿੰਨੇ ਵੀ ਗਾਣੇ ਮੈਂ ਉੱਥੇ ਯੂਥ ਫੈਸਟੀਵਲ 'ਤੇ ਗਾਏ ਆ ਉਹ ਕੋਈ ਵੀ ਰਿਕਾਰਡਡ ਨਹੀਂ ਸਿਰਫ ਇੱਕੋ ਹੀ ਰਿਕਾਰਡ ਹੋਇਆ ਵਿੱਚ ਪ੍ਰਦੇਸਾਂ ਉਹ ਵੀ ਮੈਂ ਉਹਨਾਂ ਦੀ ਪਰਮਿਸ਼ਨ ਲੈ ਕੇ ਰਿਕਾਰਡ ਕੀਤਾ ਅਦਰਵਾਈਜ਼ ਮੇਰਾ ਦਿਲ ਬਹੁਤ ਆ ਕਿ ਮੈਂ ਉਹ ਰਿਕਾਰਡ ਕਰ ਦੇਵਾਂ ਕਦੇ ਸੋ ਜਦੋਂ ਹੋਇਆ ਟਾਈਮ ਤਾਂ ਫਿਰ ਜਦੋਂ ਪਰਮਿਸ਼ਨ ਦਿੱਤੀ ਸਰ ਨੇ ਫਿਰ ਕਰ ਲਵਾਂਗੇ ਬਟ ਉਹ ਗਾਣੇ ਤਾਂ ਕਰਕੇ ਤੁਹਾਨੂੰ ਨਹੀਂ ਮਿਲਦੇ ਹੈਗੇ ਐਂਡ ਜਿਹੜਾ ਲਾਈਫ ਦਾ ਟਾਈਮ ਪੀਰੀਅਡ ਆ ਮੈਨੂੰ ਇੱਦਾਂ ਲੱਗਦਾ ਕਿ ਆਰਟਿਸਟ ਨਾ ਹੁਣ ਬੜਾ ਕੰਫਰਟੇਬਲ ਕਰਦਾ ਆਪਣੀ ਫੈਮਿਲੀ ਆਪਣੇ ਕਿਡਸ ਦੇ ਨਾਲ ਯੂ ਨੋ ਟਾਈਮ ਸਪੈਂਡ ਕਰਨਾ ਆਪਣੀ ਵਾਈਫ ਦੇ ਨਾਲ ਟਾਈਮ ਸਪੈਂਡ ਕਰਨਾ ਉਹਨੂੰ ਪਬਲਿਕਲੀ ਦਿਖਾਉਣਾ ਸੋ ਦੈਟ ਲੋਕ ਇਸ ਚੀਜ਼ ਨੂੰ ਯੂ ਨੋ ਅੱਛਾ ਫੀਲ ਕਰ ਸਕਣ ਆਰਟਿਸਟ ਦੀ ਲਾਈਫ ਨੂੰ ਦੇਖ ਸਕਣ ਇਸ ਟਾਈਮ ਲਾਈਫ ਦਾ ਫੇਸ ਜਿਸਦਾ ਕਿਵੇਂ ਚੱਲ ਰਿਹਾ ਸਕੂਨ ਐਂਡ ਪੀਸ ਜਿਸਦੀ ਲਾਈਫ 'ਚ ਕਿੰਨਾ ਪੀਸ ਐਂਡ ਬਹੁਤ ਠਹਿਰਾਵ ਐਂਡ ਮੈਨੂੰ ਲੱਗਦਾ ਕਿ ਜਿਵੇਂ ਕਹਿੰਦੇ ਹੁੰਦੇ ਕਿ ਇਹ ਮਤਲਬ ਜਿੰਨੀ ਕੁ ਮੈਂ ਦੌੜ ਦੇ ਵਿੱਚ ਸੀਗਾ ਇਸ ਤੋਂ ਪਹਿਲਾਂ ਕਿ ਮੈਂ ਸ਼ਾਇਦ ਇਹ ਬਹੁਤ ਪਹਿਲਾਂ ਕਰ ਸਕਦਾ ਸੀਗਾ ਮੈਨੂੰ ਬਹੁਤ ਚੀਜ਼ਾਂ ਦਾ ਰਿਗਰੈਟ ਹੁੰਦਾ ਮੈਨੂੰ ਰਿਗਰੈਟ ਹੁੰਦਾ ਕਿ ਮੈਂ ਆਪਣਾ ਵਿਆਹ ਨਹੀਂ ਇੰਜੋਏ ਕਰ ਪਾਇਆ ਮੈਨੂੰ ਸਭ ਤੋਂ ਵੱਡਾ ਰਿਗਰੈਟ ਹੁੰਦਾ ਇਸ ਚੀਜ਼ ਦਾ ਕਿ ਮੈਂ ਆਪਣੀ ਵਿਆਹ ਇਸ ਚੱਕਰ 'ਚ ਰਹਿ ਗਿਆ ਕਿ ਪਤਾ ਨਾ ਲੱਗ ਜਾਵੇ ਇਹ ਨਾ ਹੋ ਜਾਵੇ ਉਹ ਨਾ ਹੋ ਜਾਵੇ ਇਸ ਚੀਜ਼ ਕਰਕੇ ਮੈਂ ਆਪਣਾ ਵਿਆਹ ਨਹੀਂ ਇੰਜੋਏ ਕਰ ਪਾਇਆ ਅਤੇ ਮੈਂ ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਨਹੀਂ ਕਰ ਪਾਉਂਦਾ ਹੁਣ ਵੀ ਮੈਨੂੰ ਇਹ ਚੀਜ਼ ਦਾ ਵੀ ਰਿਗਰੈਟ ਰਹਿੰਦਾ ਬਟ ਉਹੀ ਗੱਲ ਹੈ ਕਿ ਬਹੁਤ ਚੀਜ਼ਾਂ ਤੁਹਾਨੂੰ ਟਾਈਮ ਸਮਝਾਉਂਦਾ ਬਹੁਤ ਚੀਜ਼ਾਂ ਤੁਹਾਨੂੰ ਟਾਈਮ ਦੱਸਦਾ ਹੁਣ ਤਾਂ ਫਿਰ ਮੈਂ ਵਾਰ ਵਾਰ ਇੱਕੋ ਗੱਲ ਕਰਦਾ ਮੈਨੂੰ ਬੜਾ ਔਡ ਲੱਗਦਾ ਕਿ ਮੈਂ ਮੇਰੀ ਥਿੰਕਿੰਗ ਚੇਂਜ ਹੋ ਗਈ ਆਪਣੀ ਲਾਈਫ ਨੂੰ ਲੈ ਕੇ ਮੈਂ ਆਪਣੇ ਵਿਆਹ ਤੋਂ ਪਹਿਲਾਂ ਕੁਛ ਹੋਰ ਸੋਚਦਾ ਸੀਗਾ ਆਪਣੇ ਲਈ ਅਤੇ ਫਿਰ ਬੱਚਿਆਂ ਤੋਂ ਪਹਿਲਾਂ ਕੁਛ ਹੋਰ ਸੋਚਦਾ ਸੀਗਾ ਫਿਰ ਮੈਂ ਮਤਲਬ ਹਰ ਰੋਜ਼ ਤੁਹਾਨੂੰ ਸਟੈਪ ਬਾਏ ਸਟੈਪ ਤੁਹਾਨੂੰ ਕੁਛ ਨਾ ਕੁਛ ਤੁਸੀਂ ਨਵੀਂ ਚੀਜ਼ ਸਿੱਖਦੇ ਹੋ ਸੋ ਆਹ ਜਿਹੜੀ ਸਟੇਜ ਹੈ ਇਹ ਸਟੇਜ ਮੈਂ ਬਹੁਤ ਮੈਂ ਆਪਣੇ ਆਪ ਨੂੰ ਬਹੁਤ ਪੀਸ 'ਚ ਰੱਖਣਾ ਚਾਹੁੰਦਾ ਮੈਂ ਕੋਈ ਬਹੁਤ ਜ਼ਿਆਦਾ ਮੈਂ ਸ਼ੋਰ ਸ਼ਰਾਬੇ ਮੈਨੂੰ ਨਹੀਂ ਪਸੰਦ ਰਿਹਾ ਹੁਣ ਚਾਹੇ ਪਹਿਲਾਂ ਵੀ ਇੰਨਾ ਜ਼ਿਆਦਾ ਨਹੀਂ ਸੀਗਾ ਬਟ ਹੁਣ ਮੈਨੂੰ ਜ਼ਿਆਦਾ ਆਪਣੇ ਬੱਚਿਆਂ ਦਾ ਬਹੁਤ ਜ਼ਿਆਦਾ ਮੈਂ ਉਹਨਾਂ 'ਚ ਆਪਣਾ ਬਚਪਨਾ ਦੇਖਦਾ ਰਹਿਣਾ ਕਿ ਜਦੋਂ ਛੋਟੇ ਹੁੰਦੇ ਮੈਂ ਛੋਟਾ ਹੁੰਦਾ ਸੀਗਾ ਜਾਂ ਉਹ ਇੱਕ ਇਹ ਮੈਨੂੰ ਬੜੀ ਚੀਜ਼ ਦੀ ਸਕੂਨ ਜਾਂ ਕਹਿ ਲਓ ਵੀ ਇੱਕ ਬਹੁਤ ਵਧੀਆ ਫੀਲ ਕਰਾਉਂਦੀ ਹੈ ਕਿ ਉਹ ਮੇਰਾ ਪਾਰਟ ਆ ਜਿਹੜਾ ਮੇਰੇ ਮੂਹਰੇ ਘੁੰਮਦਾ ਫਿਰ ਰਿਹਾ ਤਾਂ ਜੇ ਉਹਨਾਂ ਨੂੰ ਜੋ ਅੱਜ ਮੈਂ ਉਹਨਾਂ ਨੂੰ ਕਰ ਉਹਨਾਂ ਲਈ ਕਰ ਸਕਦਾ ਮੈਂ ਆਪਣੇ ਵੱਲੋਂ ਉਹਨਾਂ ਨੂੰ ਬੈਸਟ ਲਾਈਫ ਦੇਣ ਦੀ ਕੋਸ਼ਿਸ਼ ਕਰ ਰਿਹਾ ਕਿ ਰੂਜਿਸ ਨਾਲ ਪਹਿਲਾਂ ਤੁਸੀਂ ਨਹੀਂ ਸਾਰੇ ਲੋਕ ਪਿਆਰ ਕਰ ਚੁੱਕੇ ਨੇ ਨਹੀਂ ਆ ਉਹ ਟੱਚ ਵੁੱਡ ਕੀ ਆ ਕਿ ਪਹਿਲਾਂ ਮੈਨੂੰ ਹੁੰਦਾ ਸੀਗਾ ਕਿ ਫੈਮਿਲੀ ਥੋੜ੍ਹਾ ਸਾਈਡ 'ਤੇ ਰੱਖੀ ਫਿਰ ਮੈਨੂੰ ਲੱਗਾ ਜਿਹੜੇ ਲੋਕ ਹੁਣ ਮੈਨੂੰ ਜਾਣਦੇ ਹੀ ਆ ਕਿਉਂਕਿ ਮੋਸਟਲੀ ਕੀ ਆ ਕਿ ਤੁਹਾਡੇ ਨਾਲ ਜਿਹੜੇ ਲੋਕ ਜੁੜ ਗਏ ਇੰਟਰਨੈਟ ਦੇ ਉੱਤੇ ਉਹ ਤੁਹਾਡੇ ਨਾਲ ਪਰਿਵਾਰ ਵਾਂਗੂ ਜੁੜ ਜਾਂਦੇ ਆ ਖਾਸ ਕਰਕੇ ਮੇਰੀ ਆਡੀਅੰਸ ਮੈਂ ਇਸ ਚੀਜ਼ ਨੂੰ ਬੜਾ ਲੱਕੀ ਅਤੇ ਬਲੈਸ ਫੀਲ ਕਰਦਾ ਕਿ ਮੇਰੇ ਉਹ ਗਾਹ ਵਾਲੇ ਆਡੀਅੰਸ ਨਹੀਂ ਹੈਗੀ ਵੀ ਜਿਹਨੇ ਅੱਜ ਇੱਥੇ ਗਾਲ ਕੱਢਤੀ ਕੱਲ੍ਹ ਨੂੰ ਜਾ ਕੇ ਜੀ ਉਹ ਅੱਜ ਤੁਹਾਨੂੰ ਪਸੰਦ ਕਰ ਰਿਹਾ ਕਰੋ ਨਹੀਂ ਕਰ ਰਿਹਾ ਜਾਂ ਕੁਛ ਵੀ ਅੱਜ ਉੱਧਰ ਗਾਣਾ ਚੱਲ ਗਿਆ ਉੱਧਰ ਚੱਲ ਗਿਆ ਉੱਧਰ ਮੇਰੇ ਇੱਕ ਪਰਟੀਕੁਲਰ ਮੇਰੀ ਆਪਣੀ ਇੱਕ ਆਡੀਅੰਸ ਆ ਜਿਹੜੀ ਕਿ ਮੈਨੂੰ ਜਿਹੜੇ ਮੇਰੇ ਨਾਲ ਜੁੜੇ ਹੋਏ ਸੋ ਮੈਨੂੰ ਇੱਕ ਟਾਈਮ ਲੱਗਿਆ ਮੈਨੂੰ ਇੱਕ 12-13 ਸਾਲ ਲੱਗੇ ਨੇ ਉੱਥੇ ਪਹੁੰਚਦੇ ਜੇ 12-13 ਸਾਲ ਬਾਅਦ ਵੀ
ਮੈਂ ਉਹਨਾਂ ਨਾਲ ਆਪਣੇ ਆਪਣਾ ਆਪ ਨਹੀਂ ਸ਼ੇਅਰ ਕਰ ਸਕਦਾ ਫਿਰ ਮੈਂ ਕਿਹਦੇ ਨਾਲ ਕਰ ਸਕਦਾ। ਸੋ ਮੈਂ ਊਂ ਨਹੀਂ ਕਹਿੰਦੇ ਮੈਨੂੰ ਹੁੰਦਾ ਕਿ ਜਿਹੜੇ ਮੈਨੂੰ ਮੈਨੂੰ ਪਿਆਰ ਕਰਦੇ ਆ ਜਾਂ ਜਿਹੜੇ ਜਿਹਨਾਂ ਨੂੰ ਹੁੰਦਾ। ਫਿਰ ਉਸ ਤੋਂ ਬਾਅਦ ਮੈਨੂੰ ਆਪ ਹੀ ਬਹੁਤ ਸਾਰੇ ਮੈਸੇਜ ਆਉਣ ਲੱਗ ਜਾਂਦੇ ਆ, ਬਾਜੀ ਫੋਟੋ ਰੋਜਸ ਦੀ ਫੈਨਸ ਦੇ ਆਉਣ ਲੱਗ ਜਾਂਦੇ ਆ, ਅੱਛਾ ਜੈਸਮੀਨ ਦੀ ਫੋਟੋ ਕਰ ਦਿਉ, ਇਹ ਕਰ ਦਿਉ। ਫਿਰ ਮੈਂ ਕਰਦਾ ਰਹਿਣਾ ਪਰ ਮੈਨੂੰ ਵੀ ਮਜ਼ਾ ਆਉਂਦਾ ਅਤੇ ਉਹਨਾਂ ਨੂੰ ਵੀ ਬੜਾ ਇੱਦਾਂ ਰਹਿੰਦਾ ਰੋਜਸ ਨੂੰ। ਮੈਂ ਚਾਹੁੰਦਾ ਕਿ ਉਹਨੂੰ ਪਤਾ ਲੱਗੇ ਮੈਂ ਕੀ ਕੰਮ ਕਰਦਾ, ਮੈਂ ਜਿਹੜੀ ਮੇਰੀ ਕੋਸ਼ਿਸ਼ ਸੀਗੀ ਇਸ ਵਾਰ ਜਦੋਂ ਆਏ ਨੇ। ਸੋ ਇਸ ਕਰਕੇ ਮੈਂ ਥੋੜ੍ਹਾ ਜਿਹਾ ਮੈਨੂੰ ਸੀਗਾ ਕਿ ਹਾਂ ਉਹਨੂੰ ਪਤਾ ਲੱਗੇ ਮੈਂ ਸਟੂਡੀਓ ਸਟੱਡੀ ਲੈ ਕੇ ਜਾਂਦਾ ਰਹਿੰਦਾ। ਐਂਡ ਅਮਾਇਰਾ, ਜਬ ਵੀ ਯੂਨੋ ਕੋਈ ਹਿੰਦੀ ਐਕਟਰੈਸ ਪੰਜਾਬ ਮੈਂ ਆਤੀ ਹੈ ਨਾ, ਤੋ ਡੈਫੀਨੇਟਲੀ ਪੰਜਾਬ ਕੀ ਆਡੀਅੰਸ ਨੇ ਐਕਸਪੈਕਟ ਕਰਤੇ ਕਿ ਲਾਈਕ ਇਨਕੇ ਯੂਨੋ ਐਕਟਿੰਗ ਸੇ ਔਰ ਇਨਕੇ ਯੂਨੋ ਸਪੈਸ਼ਲ ਲੈਂਗੁਏਜ ਸੇ। ਤੋ ਜੋ ਆਪਕੀ ਰੀਸੈਂਟ ਫਿਲਮਸ ਰਹੀ ਹੈ ਉਸਮੇ ਸੇ ਐਕਚੁਅਲੀ ਮੇਰੇ ਕੋ ਜੋ ਚੀਜ਼ ਅੱਛੀ ਲੱਗੀ ਕਿ ਚਲੋ ਯਾਰ ਐਟਲੀਸਟ ਕਈ ਵਾਰੀ ਨਾ ਤੁਹਾਨੂੰ ਨਾ ਪੰਜਾਬੀ ਟਿਪੀਕਲੀ ਅੱਛੀ ਲੱਗੇ ਨਾ, ਬਟ ਜਦੋਂ ਹਿੰਦੀ ਵਾਲਾ ਬੰਦਾ ਕਦੇ ਪੰਜਾਬੀ ਬੋਲਦਾ ਨਾ ਬੜੀ ਜ਼ਿਆਦਾ ਅਟਰੈਕਟ ਕਰਦੀ ਆ, ਤਾਂ ਲੋਕ ਇਸ ਚੀਜ਼ ਨੂੰ ਬੜਾ ਐਪਰੀਸ਼ੀਏਟ ਕਰਦੇ ਨੇ ਕਿ ਜਦੋਂ ਅਮਾਇਰਾ ਐਕਟਿੰਗ ਦੇ ਨਾਲ ਆਪਣੀ ਹਿੰਦੀ ਟੱਚ ਵਿੱਚ ਪੰਜਾਬੀ ਇੰਨੀ ਸਵੀਟ ਤਰੀਕੇ ਨਾਲ ਬੋਲਦੀ ਆ, ਤੁਹਾਨੂੰ ਇਹ ਡਿਫੀਕਲਟੀ ਲੱਗਦੀ ਆ ਖੁਦ ਨੂੰ ਯੂਨੋ, ਜਾਂ ਤੁਸੀਂ ਤੁਹਾਨੂੰ ਲੱਗਿਆ ਸੀਗਾ ਕਦੀ ਯੂਨੋ ਕਿ ਲੈਂਗੁਏਜ ਵਾਈਜ਼ ਸਮਥਿੰਗ, ਜੇ ਤੁਸੀਂ ਪੰਜਾਬ 'ਚ ਕੰਮ ਕਰ ਰਹੇ ਹੋ ਤਾਂ ਟਿਪੀਕਲੀ ਕਿਤੇ ਪ੍ਰੈਸ਼ਰ ਇੱਕ ਹੁੰਦਾ ਨਾ ਕਿ ਯਾਰ ਐਟਲੀਸਟ ਮੈਨੂੰ ਯੂਨੋ ਆਪਣੀ ਇਹ ਚੀਜ਼ਾਂ ਨਾਲ ਅੱਛਾ ਰੱਖਣਾ ਆ ਜਾਂ ਨਹੀਂ। ਨਹੀਂ ਮੈਂ ਬਹੁਤ ਧਿਆਨ ਦੇਤੀ ਹੂੰ ਜਬ ਮੈਂ ਪਰਫੋਰਮ ਕਰਤੀ ਹੂੰ, ਜਬ ਮੈਂ ਇੰਟਰਵਿਊਜ਼ ਮੇ ਵੀ ਬਾਤ ਕਰਤੀ ਹੂੰ ਔਫਕੋਰਸ, ਕਿਉਂਕਿ ਆਈ ਫੀਲ ਇੰਡੀਆ ਕੀ ਸਭਸੇ ਅੱਛੀ ਬਾਤ ਇਹ ਹੈ ਕਿ ਇਸ ਦੇਸ਼ ਮੇ ਇਤਨੇ ਸਾਰੇ ਕਲਚਰਸ ਹੈ, ਇਤਨੇ ਸਾਰੇ ਯੂ ਨੋ ਔਰ ਪਿਆਰੀ ਕਲਚਰਸ ਹੈ, ਸੋਹਣੀ ਕਲਚਰਸ ਹੈ, ਐਂਡ ਫੋਰ ਮੀ ਪੰਜਾਬ ਇਜ਼ ਰੀਅਲੀ ਨਾਓ ਲਾਈਕ ਇਟਸ ਲਾਈਕ ਅ ਸੈਕਿੰਡ ਹੋਮ ਨਾਓ, ਕਿਉਂਕਿ ਮੈਂ ਇਤਨਾ ਆਤੀ ਹੂੰ ਅਭੀ ਯਹਾਂ ਪੇ। ਫਿਲਮ ਦੇ ਵਿੱਚ ਸਾਰੇ ਡਾਇਲੌਗਸ ਪਹਿਲਾਂ ਜਾਂਦੇ ਸੀ ਹਮਾਰਾ ਕੋਲ, ਅਤੇ ਇਹ ਮਤਲਬ ਮੈਂ ਇਸ ਚੀਜ਼ ਦੀ ਐਪਰੀਸ਼ੀਏਟ ਕਰਨਾ ਚਾਹੁੰਦਾ ਕਿ ਇਹਨੂੰ ਬਿਲਕੁਲ ਯਾਦ ਕਰਕੇ ਆਉਂਦੀ ਸੀਗੀ ਅਤੇ ਪ੍ਰੋਪਰ ਜਦੋਂ ਉਹ ਚੀਜ਼ ਬੋਲਦੀ ਸੀਗੀ ਤਾਂ ਮਤਲਬ ਕਈ ਵਾਰ ਹੁੰਦਾ ਨਾ ਕਿ ਜਦੋਂ ਤੁਸੀਂ ਕਿਸੇ ਨੌਨ ਪੰਜਾਬੀ ਬੰਦੇ ਨਾਲ ਕੰਮ ਕਰਦੇ ਹੋ ਤਾਂ ਬਹੁਤ ਚੀਜ਼ਾਂ ਤੁਹਾਡੀ ਐਕਟਿੰਗ ਕੀ ਹੈ ਕਿ ਤੁਸੀਂ ਰਿਐਕਟ ਕਰਦੇ ਹੋ, ਰਿਐਕਟ ਕਰਨਾ ਹੁੰਦਾ ਨਾ। ਸੋ ਜਦੋਂ ਤੁਹਾਨੂੰ ਵਧੀਆ ਕਿਊਜ਼ ਵਧੀਆ ਡਾਇਲੋਗ ਮਿਲ ਰਿਹਾ ਤਾਂ ਤੁਹਾਡਾ ਐਕਟ ਅਗਲੇ ਬੰਦੇ ਦਾ ਵੀ ਫਿਰ ਉਹ ਵਧੀਆ ਹੁੰਦਾ। ਸੋ ਮਤਲਬ ਉਹ ਬਿਲਕੁਲ ਤਿਆਰੀ ਹੁੰਦੀ ਸੀਗੀ ਆਪਣੇ ਕੰਮ ਦੀ ਗੱਲ ਹੈ, ਇੰਨੇ ਸੋਹਣੇ ਮੁੰਡੇ ਨਾਲ ਕੌਣ ਨਹੀਂ ਕੰਮ ਕਰੇਗਾ ਆਪਣੇ ਵੱਲੋਂ ਯਾਰ, ਕਿਆ ਮਤਲਬ। ਬਟ ਇਹ ਇਸ਼ਾਰੇ ਹੋਣ ਲੱਗ ਗਏ, ਇਸ ਕਨਵਰਸੇਸ਼ਨ ਅਸੀਂ ਐਂਡ ਕਰਦੇ ਹਾਂ, ਬਟ ਐਂਡ ਕਰਾਂਗੇ ਤੁਹਾਡੇ ਗਾਣੇ ਦੇ ਨਾਲ। ਅਤੇ ਉਹ ਗਾਣਾ ਯਾਰ ਮੈਂ ਸੁਣਾ, ਮੈਂ ਚਾਹੁੰਦਾ ਕਿ ਇੰਨਾ ਚਾਹੁੰਦੀ ਹਾਂ ਸੁਣਾ ਦਿਉ। ਹਾਂ ਉਹ ਮੇਰੇ ਖਿਆਲ ਰੁਮਾਣੇ ਦੀ ਬੈਸਟ ਆਈ ਥਿੰਕ ਰਾਈਟਿੰਗ ਅੱਜ ਤੱਕ ਦੀ ਜਿਹੜੀ ਮੈਨੂੰ ਅੱਛੀ ਲੱਗਦੀ ਹੈ। ਵੇ ਮੈਂ ਨਾ ਤੈਨੂੰ ਨਾ ਤੈਨੂੰ ਚਾਹੁੰਦੀ ਹਾਂ, ਤਾਂ ਹੀ ਪਿੱਛੇ ਤੇਰੇ ਆਉਂਦੀ ਹਾਂ। ਵੇ ਮੈਂ ਅੱਲਾਹ ਤੋਂ ਦੁਆਵਾਂ ਮੰਗਦੀ, ਹਰ ਦਿਨ ਸ਼ੁਰੂ ਹੋਵੇ ਤੇਰੇ ਤੋਂ, ਤੈਨੂੰ ਬਸ ਦੂਰ ਨਾ ਕਰੇ, ਚਾਹੇ ਸਭ ਖੋਲੇ ਮੇਰੇ ਤੋਂ। ਬਾਕੀ ਸਾਰੇ ਰੰਗ ਫਿੱਕੇ ਫਿੱਕੇ ਲੱਗਦੇ, ਤੈਨੂੰ ਜੋ ਪਸੰਦ ਉਹੀ ਪਾਉਂਦੀ ਹਾਂ। ਵੇ ਮੈਂ ਨਾ ਤੈਨੂੰ ਨਾ ਤੈਨੂੰ ਚਾਹੁੰਦੀ ਹਾਂ, ਤਾਂ ਹੀ ਪਿੱਛੇ ਤੇਰੇ ਆਉਂਦੀ ਹਾਂ। ਥੈਂਕ ਯੂ ਸੋ ਮਚ, ਤੇ ਐਵੇਂ ਤੁਹਾਨੂੰ ਪੰਜਾਬ ਤੁਹਾਨੂੰ ਦੋਨਾਂ ਨੂੰ ਪੂਰਾ ਬਹੁਤ ਚਾਹੁੰਦਾ ਤੇ ਅੱਗੇ ਚਾਹੇਗਾ ਵੀ, ਤੁਸੀਂ ਕੰਮ ਖਿੱਚ ਕੇ ਰੱਖੋ ਬਸ ਤੇ ਆਉਂਦੇ ਰਹੋ, ਬਸ ਤੁਸੀਂ ਹੁਣ ਆਉਂਦੇ ਰਹੋ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ।